ਇਧਰ ਮੁਕਾਬਲਾ ਜਿਹੜਾ ਆ ਗੁਰ ਤੇ ਰਾਮੂਵਾਲੇ ਦੀ ਟੀਮ ਦਾ ਚੱਲਦੇ ਮੁਕਾਬਲੇ ਦੇ ਵਿੱਚੋਂ ਕਾਲਜਾਂ ਦੀ ਟੀਮ ਜਿਹੜੀ ਵਿਨਰ ਹੈ ਦੋਨੋਂ ਟੀਮਾਂ ਨੂੰ ਜਿਹੜਾ ਲਾਲਪ ਕੀਤਾ ਜਾਵੇ ਮਾਰੋ ਜੀ ਜਸਲਾ ਅਜਮੇਰ ਸਿੰਘ ਜੀ ਆਲਮ ਵਾਲਾ ਔਰ ਇਧਰ ਜਸਵੀਰ ਸਿੰਘ ਜੀ ਮਹਿਣਾ ਸਾਹਿਬ ਕੁਝ ਅਫੀਸ਼ਲਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਗਲਾ ਜਿਹੜਾ ਮੈਚ ਹੋਣਾ ਸੇਖਾ ਬਰਨਾਲਾ ਤੇ ਖੋਸੇ ਕੋਟਲੇ ਦੀ ਟੀਮ ਦਾ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਪੁੱਜਣ ਅਗਲੇ ਮੁਕਾਬਲੇ ਦੀਆਂ ਦੋਨੋਂ ਟੀਮਾਂ ਸਾਡੀ ਦੇ ਮੈਦਾਨ ਦੇ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਬੱਡੀ ਦੇ ਮੈਦਾਨ ਦੇ ਵਿੱਚ ਸਟੇਜ ਵਾਲੇ ਪਾਸੇ ਟੀਮ ਜਿਹੜੀ ਆਗੜ ਪਿੰਡ ਦੀ ਹੈ ਔਰ ਉਧਰਲੇ ਪਾਸੇ ਟੀਮ ਜਿਹੜੀ ਰਾਮੂ ਵਾਲੇ ਪਿੰਡ ਦੀ ਮੈਚ ਬਹੁਤ ਤਗੜਾ ਪਹਿਲੀ ਕਬੱਡੀ ਰਾਮੂ ਵਾਲੇ ਪਿੰਡ ਦਾ ਨੌਜਵਾਨ ਧਾਵੀ ਗੱਭਰੂ ਕਬੱਡੀ ਦੇ ਮੈਦਾਨ ਦੇ ਵਿੱਚ ਦੇਖੋ ਸਾਹਮਣੇ ਚਾਰ ਜਾਫੀ ਆਗੜ ਪਿੰਡ ਦੇ ਚਾਰਾਂ ਭਰਾਵਾਂ ਦੇ ਵਿੱਚੋਂ ਕਿਹੜਾ ਗੱਭਰੂ ਵੱਧ ਕੇ ਮਾਰਦਾ ਜੱਫਾ ਦੇਖੋ ਸਾਹਮਣੇ ਕੱਢੀ ਖੁੱਚ ਜਾਫੀ ਨੇ ਔਰ ਅੰਕ ਜਿਹੜਾ ਆਪਣੀ ਟੀਮ ਦੇ ਹਿੱਸੇ ਅਰਜੈਸਟ ਕਰਦਾ ਨੌਜਵਾਨ ਗੱਭਰੂ ਆਗੜ ਪਿੰਡ ਦਾ ਚੰਨਵੀ ਕਿਰਨਦੀਪ ਸਿੰਘ ਪਾ ਵੀ ਨੌਜਵਾਨ ਹੈ ਕਬੱਡੀ ਜ਼ਿਲ੍ਹੇ ਬਠਿੰਡੇ ਦੇ ਵਿੱਚ ਭਾਈ ਰੂਪਾ ਪੈਦਾ ਕਿਰਨਦੀਪ ਸਿੰਘ ਨਾਮ ਹੈ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ 155 ਪਾਰ ਦੀ ਟੀਮ ਦੇ ਲਈ ਤਗੜਾ ਖੇਡਿਆ ਆਜ਼ਾਦ ਕਬੱਡੀ ਕਲੱਬ ਪਠਾਡੇ ਪਿੰਡ ਦੇ ਦਾਰੇ ਹੁਣਾਂ ਦੀ ਟੀਮ ਦੇ ਲਈ ਔਰ ਕੈਨੇਡਾ ਦੇ ਵਿੱਚ ਕਹਿੰਦੇ ਵੀ ਇਸਦਾ ਨਾਂ ਸਵੀਟ ਹੀ ਚੱਲਦਾ ਲਾਓ ਕਿਰਨ ਭਾਈ ਰੂਪੇ ਪਿੰਡ ਦਾ ਲੱਖਾਂ ਵਰਗਾ ਅੰਕ ਐਡਜਸਟ ਕਰਦਾ ਆਗੜ ਦੀ ਟੀਮ ਦੇ ਲਈ ਚੱਲ ਵੀ ਗੱਭਰੂ ਆ ਪਾ ਵੀ ਕਬੱਡੀ ਸਿੱਖ ਸਰਦਾਰ ਗੱਭਰੂ ਦਾਲੇ ਦੇ ਉੱਪਰ ਖੁਣਵਾਈ ਹੋਈ ਭਗਤ ਸਿੰਘ ਦੀ ਫੋਟੋ ਤੇ ਭਗਤ ਸਿੰਘ ਨਾਲ ਚੜ੍ਹਦਾ ਫਾਂਸੀ ਨਾ ਦੁਨੀਆ ਚੇਤੇ ਕਰਦੀ ਰਾਣੀ ਝਾਂਸੀ ਘੌੜ ਕਹਿੰਦਾ ਦੇ ਵਿੱਚ ਮੈਦਾਨ ਨਾਲ ਲੜਦੀ ਧਰਮਕੋਟ ਦੇ ਲਾਗੇ ਪੈਂਦਾ ਜਲਾਲਾਬਾਦ ਪਿੰਡ ਇਸਦਾ ਸੋਰ ਸਿੰਘ ਜਲਾਲਾਬਾਦ ਪਿੰਡ ਦਾ ਲੱਖਾਂ ਵਰਗਾ ਅੰਕ ਜੋੜਦਾ ਲਾ ਕੇ ਤਕੜਾ ਜਿਹਾ ਜੱਫਾ ਆਪਣੀ ਟੀਮ ਦੇ ਲਈ ਛੋੜਾ ਜਲਾਲਾਬਾਦ ਪਿੰਡ ਦਾ ਅਗਲਾ ਮੈਚ ਸੇਖਾ ਬਰਨਾਲਾ ਤੇ ਖੋਸੇ ਕੋਟਲੇ ਦੀ ਟੀਮ ਦਾ ਦੋਨੋਂ ਟੀਮਾਂ ਕਬੱਡੀ ਦੇ ਮੈਦਾਨ ਤੇ ਲਾਗੇ ਪੁੱਜਣ ਲਓ ਉਧਰਲੇ ਪਾਸੇ ਅਜਮੇਰ ਸਿੰਘ ਆਲਮ ਵਾਲਾ ਮਾਰਦਾ ਸਰਤਾਲ ਦੇ ਵਿੱਚ ਵਿਸਲ ਵੀ ਅੰਕ ਜਿਹੜਾ ਆਗੜਾ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਵੱਡੀਆਂ ਰੌਣਕਾਂ ਨੇ ਮਾਂ ਖੇਡ ਕਬੱਡੀ ਦੇ ਇਸ ਮੈਦਾਨ ਦੇ ਵਿੱਚ ਖੇਡਿਆ ਗੁਲਾਮ ਜਿਹੜਾ ਖੇਡਾਂ ਦਾ ਚਾਰ ਜਾਫੀ ਲਓ ਕੌੜ ਗੱਭਰੂ ਵੱਧ ਕੇ ਮਾਰਦਾ ਜੱਫਾ ਵੇਖੋ ਸਾਹਮਣੇ ਇਸ ਸਮੇਂ ਦੀਆਂ ਮਾਤਾ ਨੇ ਅਗਲਾ ਮੈਚ ਜਿਹੜਾ ਸੇਖਾ ਬਰਨਾਲਾ ਤੇ ਖੋਸੇ ਕੋਟਲੇ ਦੀ ਟੀਮ ਦਾ ਦੋਨੋਂ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣੇ ਨਾਲ ਹੀ ਮੇਰੀ ਬੇਨਤੀ ਤਲਵੰਡੀ ਮੱਲੀਆਂ ਤੇ ਮੋਗਾ ਅਕਾਲ ਸਰ ਰਾਜੂ ਆਗੜ ਪਿੰਡ ਦਾ ਵਧੀਆ ਕਬੱਡੀ ਪਾਰ ਦੇ ਲਈ ਲਓ ਹਲਕਾ ਟੱਚ ਗੱਭਰੂ ਰਾਜੂ ਆਗੜਾ ਦਾ ਲੱਖਾਂ ਵਰਗਾ ਪੁਆਇੰਟ ਜੋੜਦਾ ਅੱਜ ਵੱਡੀਆਂ ਰੌਣਕਾਂ ਦੇ ਮੈਚ ਖੇਡ ਕਬੱਡੀ ਦੇ ਹਲਕੀ ਹਲਕੀ ਪਾਣ ਵਗ ਰਹੀ ਦਰਸ਼ਕ ਵੀਰ ਇਹਨਾਂ ਮੈਚਾਂ ਦਾ ਆਨੰਦ ਮਾ ਰਹੇ ਨੇ ਉਧਰਲੇ ਪਾਸੇ ਚਾਰ ਜਾਫੀ ਨੇ ਬੁਰਜੀਆਂ ਵਰਗੇ ਤਾਂ ਸੋਹਣਾ ਜਲਾਲਾਬਾਦ ਪਿੰਡ ਦਾ ਭਰਿਆ ਲੱਕ ਤੋਂ ਕਲਾਵਾ ਵੇਖੋ ਸਾਹਮਣੇ ਨਹੀਂ ਉਹ ਰੀਸਾ ਉੜਦੀ ਮਾਂ ਮਿੱਟੀ ਦੀ ਧੂੜ ਮਾਰ ਦੋ ਤਾੜੀਆ ਤੇ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਵੋਟ ਨਾ ਕਦੇ ਕੱਖੋ ਹੌਲੀਆਂ ਕਮਾਈਆਂ ਰਹਿੰਦੀਆਂ ਸਾਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਦੇ ਸਾਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ ਸਾਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਦੇ ਕਿਰਨਦੀਪ ਸਿੰਘ ਕਿਰਨੀ ਭਾਈ ਰੂਪਾ ਪਿੰਡ ਹੈ ਜਾਫੀ ਨੂੰ ਹਲਕਾ ਟੱਚ ਕੀਤਾ ਚੌਂਕੀ ਭਰਦਾ ਨੌਜਵਾਨ ਗੱਭਰੂ ਲੱਖਾਂ ਵਰਗਾ ਅੰਕ ਆਪਣਾ ਦੀ ਟੀਮ ਦੇ ਹਿੱਸੇ ਜੋੜਦਾ ਸਮਾਂ ਜਿਹੜਾ ਸਮਾਪਤ ਹੈ ਜੀ ਇਸ ਮੈਚ ਦਾ ਅਗਲਾ ਮੈਚ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਦੀ ਟੀਮ ਤਲਵੰਡੀ ਮੱਲੀਆਂ
खिलाड़ी जी नोट करना भी तीजे राउंड असं मैच नहीं कराने के, तीजा राउंड कल ठीक 9 बजे शुरू कर देना सी। तीजे राउंड के मैच जो ठीक 9 बजे इतने शुरू करा, किसी टीम कोई समा दिता जाएगा, खिलाड़ी भी जेतू टीम जा सकती काले कल बेनती सिरे जा सकते हैं, तो पर तुम कल ठीक 9 बजे पहुँच जाना, असं 9 बजे मैच स्टार्ट कर देने हैं। जेतू टीम जा सकदियां ते कल नूं बेनती भी 9 बजे तो पहला अपना टीम पहुंचनी चाहिए 9 बजे, ठीक है। मैच स्टार्ट कर देने हैं, पहली गल तुसीं अगलियां टीमां नूं दो जी आवाज बूटा जी, बूटे ग्राउंड रावे जी हुण दे हाक मारका। हेलो, दोनों टीमां जिहड़ी आ पुज्जण सेखा बरनाला ते खोसा कोटला, सेखा बरनाला ते खोसा कोटला दोनों टीमां पुज्जण, अगले मैच दियां काफी समय तो आवाजा मार रहे हैं सेखा बरनाला ते खोसे कोटले की टीम नूं, तलवंडी मालिया ते मोगा बी पुजे, तलवंडी मालिया ते मोगा बी, शकूर ते मारो, बारे वाला ते रौली और अकाल सर मोगी की टीम जोड़ी बाई है। ये खिलाड़ी जोड़े ध्यान दे, अगला मुकाबला सेखा बरनाला ते खोसे कोटले की टीम का। हैलो दरबार बराज जी गौर जान जी, अगली कमेंट्री जी दरबार बराज जी बेनती है जी गौर जान जी। और ना ही मैं सारे दर्शक जी दसदा 22 नवंबर ऐसे ग्राउंड टूरनामेंट हो नहीं हो जा रहा है, डॉक्टर मिकी गिल जी फौज जनरल हस्पताल और सरदार परमदीप सिंह जी गिल सबका DGP इन्हों के परिवार वालों जोड़ा एक बड़ा टूरनामेंट कराने जा रहे हैं, आप 22 नवंबर इसे ग्राउंड आप सारे ने फिर इकट्ठे होना है। सो सारा बेनती हो रही आप पूरा सहयोग देना इस तरह ही सारे वीर ने, और पूरा वधिया मेला होगा वो, ठीक है जी। कबड्डी का टूरनामेंट होगा 22 नवंबर नोट करो सारे, आप फिर इकट्ठे होवांगे डॉक्टर मिक्की गिल जी इन्होंने वालों, और बेनती जी बीबीआं थोड़ी जगह छड़ दो इधर, जिन्हें भी साढ़े जगह होर पासे बहुत सारी खुली जगह पई है, साडे वीर खड़े इधर इन्होंने बेनती साड़िया माइया बीबिया पहुंची है, सो बेनती है इन्होंने जगह छड़ दो बैठे। भाई जी आ सामने बीबियां भैन बैठिया ने, बेनती है सेखा जेड़े बाई खड़े है वरसी का उन्होंने बेनती मारा सैड ते जेड़े बाई है खोसे कोटले टीमां दे दरम्यान इस समय मैच जेड़ा खेड मैदान दे विचकार स्टार्ट होण जा रहा है। इस समय नाल ही मेरी बेनती इस तरह मैच तलवंडी मलिया वरसी जी मोगा बी दी टीम का सुखदेव सिंह जी देवी ते बोर सिंह भाई जी साढ़े वीर लिस्ट किने लिखी है टीम दी लिस्ट जिस वीर ने लिखी वो ग्राउंड में आवेगी क्योंकि मोगा बी नूं आपां मैच जिहड़ा तलवंडी मल्लिया ना खड़ा रहे हैं कालसर मोगे नूं बाई दित्ती है, यह दसो भी टीम एक है जां दो है, दो ही ने टीम, ठीक है जी। बहुत सोनी गल है उन्होंने बेनती आकर स्टेज से सम्मान च लैना, और बलदेव सिंह जी देवी भी अपना सम्मान च लैन गई, सुखदेव सिंह जी देवी वह भी अपना सम्मान च लैन आके इस तो अगला मैच तलवंडी मलिया वारसी अकाल सर मोगा बी, तलवंडी मलिया वारसी अकाल सर मोगा बी, शकूर ने खेडना है मेहरों के नाल, शकूर वारसी जी मेहरो, बारे वाले का मैच रौली नाल है, इन्हां टीमां मेरी बेनती है ग्राउंड के नेड़े आ जाण। हुण जिहड़ा मैच है सेखा वारसी खोसे कोटले दियां टीमां दे दरम्यान मैच जिहड़ा खेडिया जाना है, मेरी बेनती है प्रबंधक वीरां नूं दो वीरां दी ड्यूटी इत्थे करा अपना एंट्री
ਜਿਹੜੇ ਦੇ ਲੱਗੀ ਤੁਸੀਂ ਇੱਥੇ ਚੈੱਕ ਕਰਕੇ ਇਹਨਾਂ ਦੇ ਕਲੀ ਕੁਲੀ ਸਵਾਰ ਕੇ ਪਹਿਲਾਂ ਹੀ ਮਾਲ ਦੋ। ਮੈਚ ਜਿਹੜਾ ਸਟਾਰਟ ਕਰਵਾਇਆ ਜਾਵੇ ਜੀ, ਇਧਰ ਖੋਸੇ ਕੋਟਲੇ ਦੀ ਟੀਮ ਜਿਹੜੀ ਸਟੇਜ ਵਾਲੇ ਪਾਸੇ ਖੋਸਾ ਕੋਟਲਾ ਹੈ, ਦੂਸਰੇ ਪਾਸੇ ਟੀਮ ਜਿਹੜੀ ਸੇਖੇ ਪਿੰਡ ਦੀ ਹੈ, ਸੇਖਾ ਵਰਸੀ ਖੋਸਾ ਕੋਟਲਾ। ਜੱਜੀਗਿਰ ਜੀ ਸਾਈਡ ਤੇ ਹੋ ਜਾਓ, ਕਰਾਓ ਜੀ ਮੈਚ ਸਟਾਰਟ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਇਧਰਲੇ ਬੰਨੇ ਵੇਖਦੇ ਵੀ ਜ਼ਿਲ੍ਹੇ ਬਰਨਾਲੇ ਦਾ ਸੇਖਾ ਪਿੰਡ ਹੈ, ਔਰ ਦੇਖਦੇ ਵੀ ਸੇਖੇ ਦੇ ਵੱਲੋਂ ਪਹਿਲੀ ਕਬੱਡੀ ਇਸ ਸਮੇਂ ਹਮੀਦੀ ਪਿੰਡ ਦਾ ਨੌਜਵਾਨ ਸੇਵਕ ਸਿੰਘ ਕੀ ਮੱਥਾ ਟੇਕਿਆ, ਮੁੰਡੇ ਨੇ ਹੱਥ ਜੋੜੇ ਲੱਗਿਆ ਡਾਢੇ ਰੱਬ ਨੂੰ, ਧਿਆਉਣ ਲੋਕੋ ਮਾਰੋ ਤਾੜੀਏ ਸ਼ੇਰ ਨੂੰ ਦਿਓ ਹੱਲਾ ਸ਼ੇਰੀ, ਭਾਵੀ ਚੱਲਿਆ ਕਬੱਡੀ ਪਾਉਣ ਲੋਕੋ। ਇਸ ਸਮੇਂ ਦੇਖਦੇ ਵੀ ਹਮੀਦੀ ਵਾਲਾ ਤਾਰੇ ਦਾ ਪਿੰਡ ਹੈ, ਕਹਿੰਦੇ ਹਮੀਦੀ ਦੁਨੀਆਂ ਦਾ ਪ੍ਰਸਿੱਧ ਖਿਡਾਰੀ ਹੈ, ਔਰ ਇੱਕ ਪਾਸੇ ਮੁੰਡਾ ਖੋਸੇ ਕੋਟਲੇ ਪਿੰਡ ਦਾ ਜਿਹੜੇ ਪਿੰਡ ਦਾ ਕਹਿੰਦੇ ਨਿਰਭੈ ਪ੍ਰਸਿੱਧ ਹੈ, ਪਰ ਇਧਰਲੇ ਬੰਨੇ ਪੁਲਾਇਣ ਜਿਹੜਾ ਸੇਵਕ ਸੇਖੇ ਦੀ ਟੀਮ ਦੇ ਹਿੱਸੇ ਜੁੜਦਾ ਹੈ, ਇਧਰਲੇ ਬੰਨੇ ਜੱਸਾ ਇੱਕ ਕਹਿੰਦੇ ਸਿੱਧਵਾ ਦੋਨੇ ਦੀ ਧਰਤੀ ਦਾ ਹੈ, ਔਰ ਦੇਖਦੇ ਹਾਂ ਵੀ ਸਭੇ ਭਾਈ ਵੀ ਕਬੱਡੀ ਨੌਜਵਾਨ ਖੋਸੇ ਕੋਟਲੇ ਪਿੰਡ ਦਾ ਜੱਸਾ ਖੇਡ ਮੈਦਾਨ ਦੇ ਅੰਦਰ ਦੇਖਦੇ ਵੀ ਚਿੱਟੇ ਰੰਗ ਦੀ ਨੀਕਰ ਹੈ ਭਾਈ ਵੀ ਕਬੱਡੀ, ਔਰ ਤਿੰਨ ਜਾਫੀ ਸੇਖਾ ਪਿੰਡ ਜਿਹੜੇ ਬਰਨਾਲੇ ਦਾ ਪਿੰਡ ਹੈ। ਇਧਰਲੇ ਬੰਨੇ ਵੇਖਦੇ ਵੀ ਇੱਕ ਪਾਸੇ ਖੋਸਾ ਕੋਟਲਾ ਜਿਹੜੇ ਮੋਗੇ ਦੀ ਟੀਮ ਹੈ, ਚੱਲ ਵੀ ਨੌਜਵਾਨ ਭਾਵੀ ਕਬੱਡੀ। ਇਧਰਲੇ ਬੰਨੇ ਵੇਖਦੇ ਹੈ ਵੀ ਨੌਜਵਾਨ ਗੱਭਰੂ ਇਸ ਸਮੇਂ ਗੀਤੂ ਅਗਲੀ ਕਬੱਡੀ ਕੁਰੜ ਪਿੰਡ ਹੈ, ਨੌਜਵਾਨ ਕਬੱਡੀ ਖਿਡਾਰੀ ਦਾ ਕਹਿੰਦੇ ਵੀ ਕੁਰੜ ਤੇ ਛਾਪਾ ਬਿਲਕੁਲ ਲਾਗੋ ਲਾਗੇ ਪਿੰਡ ਹੈ, ਜਿੱਥੋਂ ਦਾ ਫੌਜੀ ਕਹਿੰਦੇ ਪੱਕੇ ਤੌਰ ਤੇ ਕਨੇਡਾ ਦੇ ਵਿੱਚ ਜਾ ਵਸਿਆ, ਲਓ ਉਸੇ ਹੀ ਪਿੰਡ ਦਾ ਆਹ ਨੌਜਵਾਨ ਇਸ ਸਮੇਂ ਗੀਤੂ, ਦੇਖਦੇ ਵੀ ਕੁਰੜ ਪਿੰਡ ਦਾ ਪੁਆਇੰਟ ਜਿਹੜਾ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ। ਅਗਲਾ ਮੈਚ ਤਲਵੰਡੀ ਮੱਲੀਆਂ ਵਾਰਸੀ ਅਕਾਲ ਸਰ ਮੋਗਾ ਬੀ ਟੀਮ, ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਗਰਾਊਂਡ ਦੇ ਨੇੜੇ ਪੁੱਜ ਜਾਣ। ਲਓ ਲੱਖੇ ਦੀ ਕਬੱਡੀ ਹੈ, ਵਾਹ ਨਹਿਰੀ ਸਾ ਇੱਕ ਪਾਸੇ ਲੱਖਾ, ਨਹਿਰੀ ਸਾ ਪੁਆਇੰਟ ਜਿਹੜਾ ਨੌਜਵਾਨ ਭਾਵੀ ਦੇ ਹਿੱਸੇ ਵਿੱਚ ਜੁੜਦਾ ਹੋਇਆ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਖੋਸੇ ਕੋਟਲੇ ਦੀ ਟੀਮ ਦਾ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ। ਇਧਰਲੇ ਬੰਨੇ ਵੇਖਦੇ ਹੈ ਪਾਈ ਕਬੱਡੀ ਹੈ, ਪ੍ਰਸਿੱਧ ਗੀਤਕਾਰ ਦਾ ਪੇਂਡੂ ਹੈ, ਕਹਿੰਦੇ ਪ੍ਰਸਿੱਧ ਖੇਡ ਕਮੈਂਟਰ ਦਾ ਪਿੰਡ ਹੈ, ਕੁਰੜ ਪਿੰਡ ਸੰਦੀਪ ਗਿੱਲ ਦਾ ਪਿੰਡ ਹੈ, ਪਰ ਇਸ ਸਮੇਂ ਦੇਖਦੇ ਵੀ ਨੌਜਵਾਨ ਗੀਤੂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਲਓ ਖੋਸੇ ਕੋਟਲੇ ਵਾਲੇ ਸੰਤਾਂ ਦੀ ਅਪਾਰ ਕਿਰਪਾ ਹੈ, ਇਹਨਾਂ ਨਗਰਾਂ ਤੇ ਖੋਸਾ ਰਣਧੀਰਕੇ ਦੀ ਗੱਲ ਜਾਂ ਖੋਸੇ ਪਹਾੜੋ ਦੀ ਗੱਲ ਹੈ, ਪਰ ਇਸ ਸਮੇਂ ਵੇਖਦੇ ਵੀ ਨੌਜਵਾਨ ਜੱਸਾ, ਪਰ ਦੂਸਰੇ ਪਾਸੇ ਜਾਫੀ ਕਹਿੰਦੇ ਵੀ ਇੱਧਰ ਨੌਜਵਾਨ ਸੇਖੇ ਪਿੰਡ ਦਾ, ਦੇਖਦੇ ਵੀ ਰਣਦੀਪ ਸਿੰਘ ਪੂਰੀ ਕੋਸ਼ਿਸ਼ ਕਰਦਾ ਹੈ ਖੇਡ ਮੈਦਾਨ ਦੇ ਅੰਦਰ, ਔਰ ਦੇਖਣਾ ਵੀ ਪੁਆਇੰਟ ਜਿਹੜਾ ਫੇਟੇ ਪਿੰਡ ਦਾ ਰਣਜੀਤ ਸਿੰਘ ਇਸ ਸਮੇਂ ਫੈਸਲਾ ਕਰਦਾ ਹੈ ਵੀ ਕਾਮਨ ਪੁਆਇੰਟ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ। ਇੱਧਰ ਰੰਗ ਬਿਰੰਗੇ ਝੰਡੇ ਵੀ ਝੁੱਲ ਰਹੇ ਹੈ ਵੀ ਜਿੱਤਦੇ ਨੇ ਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਨਾਲ ਪਿੱਛੋਂ ਵਾਰ ਖੰਡੇ ਨਾਲ, ਚਾਰ ਹੀ ਤਰੀਕੇ ਵਾਲਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ, ਜਿੱਤਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ। ਇਸ ਸਮੇਂ ਦੇਖਦੇ ਵੀ ਅੱਜ ਮੌਸਮ ਨੇ ਵੀ ਕਾਫੀ ਰੰਗ ਬਦਲੇ ਹੈ, ਕਦੇ ਥੋੜੀ ਗਰਮੀ ਹੋਈ ਹੈ, ਪਰ ਹੁਣ ਵੇਖਦੇ ਵੀ ਵਾਹਿਗੁਰੂ ਨੇ ਕੀਤੀ ਕਿਰਪਾ, ਇਸ ਸਮੇਂ ਵੇਖਦੇ ਵੀ ਠੰਡੀਆਂ ਹਵਾਵਾਂ ਦੇ ਬੁੱਲੇ ਹੈ। ਇਸ ਸਮੇਂ ਪੈਂਦੀ ਹੋਈ ਕਬੱਡੀ ਲੱਖਾ, ਵੇਖਦੇ ਵੀ ਨੌਜਵਾਨ ਗੱਭਰੂ ਕਬੱਡੀ ਪਾਉਂਦਾ, ਪਰ ਰਣਦੀਪ ਸਿੰਘ ਕਹਿੰਦੇ ਸੇਖਾ ਪਿੰਡ ਹੈ ਮੁੰਡੇ ਦਾ ਜ਼ਿਲ੍ਹੇ ਬਰਨਾਲੇ ਦਾ, ਇਸ ਸਮੇਂ ਉੜਦੀ ਧੂੜ ਹੈ, ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ, ਇਧਰ ਬਣੇ ਪੁਆਇੰਟ ਜਿਹੜਾ ਸੇਖੇ ਦੀ ਟੀਮ ਦਾ। ਚੱਲ ਵੀ ਜਵਾਨਾ ਪਾ ਵੀ ਕਬੱਡੀ। ਵੀ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ, ਖੇਡੀ ਜਾਂਦੀ ਇਹ ਲਾਕੇ ਪੂਰਾ ਤਾਣ ਮਿੱਤਰੋ, ਤੇ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕੌਡੀ ਭੰਗੜਾ ਪੰਜਾਬੀਆਂ ਦੀ। ਲਓ ਇਧਰ ਬਣੇ ਪੁਆਇੰਟ ਜਿਹੜਾ ਕੁਰੜ ਵਾਲਾ ਨੌਜਵਾਨ ਗੱਭਰੂ ਦੇਖਦੇ ਵੀ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਚੱਲ ਵੀ ਜੱਸਿਆ ਭਾਵੀ ਨੌਜਵਾਨ ਕਬੱਡੀ। ਇਧਰਲੇ ਬੰਨੇ ਵੇਖਦੇ ਹੈ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਕਿ ਜਿਨ੍ਹਾਂ ਨੇ ਖੇਡੀ ਜੀ ਲਾ ਕੇ ਬੋਰਡਾਂ ਉੱਤੇ ਚੜਾਤੇ, ਜੇਬਾ ਨੋਟ ਨਾ ਚੱਲਣ ਵੀ ਕੋਠੀਆਂ ਕਾਰਾਂ ਵਾਲੇ ਬਣਾਤੇ, ਕਈਆਂ ਦੀ ਚੱਕ ਦਿੱਤੀ ਗਰੀਬੀ, ਕਰਤੀ ਖੁਸ਼ਕੀ ਦੂਰ, ਇੰਗਲੈਂਡ ਕਨੇਡਾ ਯੂਰਪ ਦੇ ਹੁਣ ਲਾਉਂਦੇ ਫਿਰਦੇ ਟੂਰ,
कि तकदीर दे बूहे खुल जाते ने जेकर गुड़ होण कोल कबड्डी दे हुण दुनिया दे विच वज गई योधिया ढोल कबड्डी दे हुण दुनिया दे विच वज गई मित्रों ढोल कबड्डी दे अज कबड्डी दे ढोल वजदे है देखदे भी मोगे दी अकाल सरकला बाप साहब नूं जीए आख रही है पुजे हुए दर्शक वीरां दा खिडारी वीरां दा धन्नवाद है लो काका खोसे कोटले पिंड दा सेवक हमीदी पिंड दा इस समय पुआइंट जिहड़ा नौजवान अपनी टीम दे हिस्से जोड़दा लो लखी दी कबड्डी है वाह देखदे भी नौजवान कबड्डी कबड्डी करदा होया है कहिंदे कहिंदे भी जतिंदर सिंह लखा गाजीपुर दा दुनिया दा सुपर स्टार है पर इस समय देखदे भी नौजवान खोसे कोटले की टीम दे लई लखा जिहा पुआइंट जोड़दा इस समय लखा कहिंदे भी फतेहगढ़ पिंड है इस समय खोसे कोटले का पुत बन खेडदा है पर इधरले बंदे नौजवान गभरू की पाई हुई कबड्डी है देखदे भी गिल्ला की कुरड़ पिंड तार बन जू ते सूहे अपना दे विचों लै दे मेरा नाम कहिंदे भी संदीप गिल का पिंड है इधरले बंदे पुआइंट जिहड़ा नौजवान अपनी टीम के हिस्से जोड़दा है जीतू इस समय पुआइंट जिहड़ा साथे की टीम के हिस्से लखा जिहा पॉइंट जोड़ता होया है चल भी नौजवान भा भी कबड्डी इधरले बड़े पैंदी हुई कबड्डी है और जिथे अज कबड्डी 70 किलो भार दे मैचा की गल है कल नूं कहिंदे भी कबड्डी ओपन दे बड़े तकड़े मुकाबले करवाए जाने हैं 40 साल के गभरुआ का एक शो मैच नाल ही कहिंदे भी पंजाब दियां शेर बच्चियां का एक शो मैच लड़की है वो शो मैच भी तुहाडी नजर करांगे इधरले बने वेखले भी फड़िया गुट है कहिंदे बारे वाले पिंड का सवरना जां फिर कहिंदे कृपाला साध हतो के पिंड का कमाल गुट के प्रसिद्ध फराकों के नाम है गल चाहे झूठ चकते बाज की कहते भी गल चाहे तलवार वर्गे गुट दे पक्के कहते भी जाफिया के नाम है ना ही कत्तर कली वाला मेरा वीर जी पिछली बाउंड्री लाइन है उधरले पासे जी कली दी सेवावां दे दिओ अगला मैच तलवंडी मलिया वारसी जकाल सर मोगा बी टीम शकूर ते महरो बारे वाला ने खेडना रौली के नाल लाओ पुठी पई है इधरले बने वेखने भी हमीदी वाला अपने आप नूं याद करवा पावेगा जां नहीं इधरले बने पवाइंट जिहड़ा जाफियां दे हिस्से दे विच जुड़दा होया चल भी जवाना भा भी कबड्डी इधरले बने वेखदे आ कि रोड़िआं ते खेडी जांदी खेड स्टेडियमां विच खेडी जावे रोड़िआं ते खेडी जांदी खेड स्टेडियमां दे विच खेडी जावे पता नहीं किन्ने घरां दे पुत आए साल तूं विदेशां च लियावे तेरे विच की चाड़ी जानी है दिल नूं सरूर तू सद के मैं जावा कबड्डी ए नहीं तेरे कई घर की करती गरीबी दूर तू सद के मैं जावा कबड्डी ए नहीं तेरे कई घर की करती गरीबी दूर तू वाकया गरीबियां दूर होंदी है जो गभरू इन्हां खेड मैदानां दे विच कोई बुलट जितदा किसी नूं सफारी मिलती है किसी नूं आल्टो मिलती किसी नूं स्विफ्ट मिलती किसी नूं लखां दे कहिंदे भी नाम मिलते हैं पर इस समय भी एकदे भी जफ्फा लगता हुआ खीर मैदान एक पासे मुंडा कुरड़ पिंड का और दूसरे पासे खोसे कोटले बारे ने पूरी ट्राई की हुई है डकन दे लई पर वेखदे भी इस समय नौजवान का पंप तेज पर पॉइंट जाफियां का वाह देखदे सोनू का पंप संदीप का जंप यार दिल नूं लुटदे ने दौदर का वरिंदर ते कालमा का गुरविंदर धावी पुठे कर कर सुटदे ने कि सोनू का पंप संदीप का जंप यारो दिल लुटते ने पर इस समय वेखदे भी दिल लुटन वाली कबड्डी है पंजाबियों की जीत जान खीर कबड्डी का बड़ा तगड़ा मुकाबला इस समय खीर मैदान के विचकार खेडिया जा रहा है पॉइंट लखा जिहड़ा अपनी टीम के हिस्से जोड़ता है चल भी नौजवान भा भी कबड्डी सेवक कहिंदे इक पत्री का प्रसिद्ध होया है एक कहिंदे भी नौजवान शेरपुरे का सेवक कहिंदे वेखदे भी गिद्दड़ विंडी वाला सोहणे बोल बोलता है पर इस समय भाई हुई कबड्डी नौजवान गभरू दी है पर काका वेखदे भी मुंडा समत्तर जे कटदा पर वेखदे समय नौजवान सेवक हमीदी पिंड का पॉइंट अपनी टीम के हिस्से जोड़ता है चल भी जसिया पा भी नौजवान कबड्डी इधरले बने फिर वेखदे हैं पैंदी हुई कबड्डी खेड मैदान दे विच है नाल ही तलवंडी मलिया ते अकाल सर मोगे दियां टीमां अकाल सर मोगा भी इस टीम नूं मेरी बेनती है इस तों अगला मैच इन्हां टीमां दा खेडिया जाना है वाह उधर जद्दी गिल जी वह भी अपनी कला का प्रदर्शन करते हैं चल भी खाते ने बदाम जी ने मंगला उसने ही गोडियां लवाउणियां कहिंदे ने सियाणे गल्लां सच्चियां ते खादियां खुराकां काबे आउणियां कहिंदे ने सियाणे गल्लां सच्चियां खादियां खाद खुराकां दी गल है वाह नहीं रीसा
एक पासे मुंडा वेखदे वी कुरड़ पिंड दा पर दूसरे पासे नौजवान गभरू खोसे कोटले दा लो हद्दियां दे नेड़ियां ने हुंदी टक्कर ते पॉइंट तावी दा। हां जी करोड़ वाले रेडर दे लई सरदार रूप सिंह जी, सरदार रूप सिंह जी सरपंच महमे वाला 100 रुपए का स्पेशल नाम भेज देने सरदार रूप सिंह जी महमे वाला सरपंच साहब। वाह उधर जज्जी गिल कहते भी वह भी अपनी कला का प्रदर्शन कर रहा है, डंड मार रहा है। उधर कहते पंजाब लाइव वाले .com के जरिए पूरी दुनिया भर के अज का खेड मेला कहते लाइव दिखाया जा रहा है। चल भी नौजवान पा भी कबड्डी सभे अगली कबड्डी नौजवान वेखते भी हमीती पिंड कहते काले मतो कहते खेड मेले से जिथों का गुरविंदर सोने गीत लिखता है जिथों का कहते इकबाल प्रसिद्ध है कहते भी मतो कहते खेड मेले से बुलट मिले पर आ देख रहे भी नौजवान खोसा कोटला पिंड निरभय कहते बाटा की कैलगरी की टीम लिए खेड मेजर सिंह बराड़ की टीम ली पर इस समय नौजवान गभरू कबड्डी पाता हुआ है। देख रहे भी जस्से की कबड्डी है नौजवान गभरू कबड्डी कबड्डी करता हुआ है भी कौडी कौडी करते फिर दे लोगो पुत पंजाबिया दे कौडी कौडी करते फिर दे लोगो पुत पंजाबिया दे फड़िया गुट है इस समय लगती कैची देखा फैसला की होगा कि बाबे बुले दे पंजाब दी ये जटी हुण दस का दुपहरा कित्थे कटीए बाबे बुले दे पंजाब दी ये जटी पर भी खड़ी भी शामा ढल चली है। अज बड़े तगड़े मुकाबले जिहड़े पहला कबड्डी तुसीं 54 किलो दे मैच वेखे फिर दुपहर कड़ू कबड्डी 70 किलो दे मैच स्टार्ट करवाए गए और कल नूं कबड्डी उपर दे मैच तुहाडी नजर करांगे। इधरले बने वेखदे भी नौजवान इस समय हमीती पिंड दा पूलता पसीना ताणता सीना पासे हर जिशकीना इधरले बने खुदमा शरीर है गभरू का पैंती कबड्डी लो इस समय होता हुआ मुकाबला ते पॉइंट जिहड़ा दरबार जी माफी चाहांगे सुभाष जी साडे सोच साहब जग्गी दे लई 50 रुपए भेजने बहुत बहुत धन्यवाद है उत्थे असीं धन्यवाद करते हैं। पप्पी जी गुलफाम कार बाजार वाले हमीदी वाले सेवक दे लई 100 रुपए के बड़े मान से प्यार भेज रहे हैं बहुत बहुत धन्यवाद है। उत्थे रूप सिंह जी सरपंच साहब महमे वाले वो भी हमीदी वाले सेवक दे लई 100 रुपए के मान से प्यार भेज रहे हैं बहुत बहुत धन्यवाद साढ़े इन्हां सत्कारयोग दानी वीरां दा। हाँ जी दरबार जी चल भी पा भी जवाना कबड्डी गीतू इस समय सेखे वालों देख रहे भी कुरड़ वाला कबड्डी पाता है पर फैसला देख रहे भी महले पिंड का जसवीर इस समय नौजवान भागी के हिस्से जुड़ता हुआ है। चल भी लख्या नौजवान पा भी कबड्डी इधरले बने वेखते हैं भी लाके यार मेहनत सोने शरीर घुमाए ने विच ग्राउंड के खेडन गभरू कौडी आए ने ते गल करनी है पैंदी इन्हां हाजर जवाबियां दी तू खड़ के वेख जवाना कौडी खेड पंजाबियां दी तू खड़ के देख जवाना पैंदी रेड़ पंजाबियां दी पर लगता भी गन्ना कुल्हाड़ी विच फस चुके है इस समय फड़ी हुई पा लगी हुई पुठी फैसला की होवेगा दर्शकों जी मैच वधिया लगता मारो तारियां इस समय देखने भी लखा नौजवान पॉइंट जिहड़ा खोसे कोटले दी टीम दे हिस्से जोड़दा होया इधरले बने बड़ा तगड़ा मैच है। चल भी नौजवान पा भी कबड्डी कबड्डी इधरले बने नौजवान अगली कबड्डी खेड मैदान के अंदर सेवक वेखदे भी हमीदी पिंड का गभरू सेखे वालों कबड्डी पा रहा है मोटर मित्रां दी चल बरनाले चलीए मोटर मित्रां दी पर वेखदे भी एक पासे जिहड़े मोगे की टीम है पॉइंट जिहड़ा हमीदी वाला अपनी टीम के हिस्से जोड़ चुके हैं। चल भी नौजवान पा भी कबड्डी इधर अगली कबड्डी है कि लोड़ पैण ते यारां नूं अज परखांगे ओ अण चले हथियारां नूं अज परखांगे नवा चोबर छड्डिया वेखदे भी पैंदी हुई कबड्डी है वाह नेड़ी सा देखदे भी इधरले बने नौजवान की पाई हुई कबड्डी किवें पट्टी दी है खुच जाके धर्मे तो पुछ सही तो वाए ना लिहाज पक्की साडी सज्जना ते सौखी नहीं ओह खेडनी कबड्डी सज्जना हुण सौखी नहीं ओह खेडनी कबड्डी सज्जना। चल भी जवाना पा भी कबड्डी इधरले बने वेखदे भी गीतू गुंदमा शरीर है नौजवान गभरू दा इस समय वेखदे भी मुड़को मुड़की हुई पई पंजाब दी ये जवानी है इधरले बने नौजवान चार जाफी है पैंदी कबड्डी खेड मैदान दे अंदर इस समय कुरण वाला पर दूसरे पासे वेखदे भी मुंडा खोसे कोटले पिंड दा इधरले बने लाउंदा जाफा देखदे 30 सैकंड दी कबड्डी है लै भी नौजवान थोड़ा पासे हट जा लो इधरले बने वेखदे पॉइंट जिहड़ा जाफियां दे हिस्से दे विच जुड़ चुके है। मैच बड़ा तगड़ा खेडिया जा रहा है दोनों टीमों के दरमियान
ਅਗਲਾ ਮੈਚ ਤਲਵੰਡੀ ਮੱਲਿਆ ਕਾਲਸਰ ਮੋਗਾ ਬੀ ਤਲਵੰਡੀ ਮੱਲਿਆ ਤੇ ਕਾਲਸਰ ਮੋਗਾ ਬੀ ਇਸ ਜਾਫੀ ਦੇ ਲਈ ਬੱਬੀ ਕਲੇਰ ਜੀ ਸੌ ਰੁਪਏ ਦਾ ਮਾਨ ਪਿਆਰ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਜਿਹੜੇ ਜਾਫੀ ਨੇ ਜੱਫਾ ਲਾਇਆ ਉਹਨਾਂ ਦੇ ਲਈ ਬੱਬੀ ਕਲੇਰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੌ ਰੁਪਏ ਦੇ ਵੱਡੇ ਮਾਨ ਤੇ ਪਿਆਰ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਹਾਂਜੀ ਦਰਬਾਰ ਜੀ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰਲੇ ਬਣੇ ਗੁਲਫਾਮ ਕਾਰਬਿਆਰ ਵਾਲੇ 50 ਰੁਪਏ ਦੇ ਵੱਡੇ ਮਾਨ ਭੇਜ ਰਹੇ ਨੇ ਇਸ ਜਾਫੀ ਦੇ ਲਈ ਬਹੁਤ ਬਹੁਤ ਧੰਨਵਾਦ ਪੱਪੀ ਜੀ ਖਿਡਾਰੀਆਂ ਦੇ ਲਈ ਵੱਡੇ ਮਾਨ ਭੇਜ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਦਰਬਾਰ ਜੀ ਲਓ ਵੇਖਦੇ ਵੀ ਇੱਕ ਪਾਸੇ ਮੁੰਡਾ ਹਮੀਦੀ ਪਿੰਡ ਦਾ ਦੂਸਰੇ ਪਾਸੇ ਗੱਭਰੂ ਖੋਸੇ ਕੋਟਲੇ ਪਿੰਡ ਦਾ ਲਓ ਹੰਦੇ ਨੇੜੇ ਆ ਤੇ ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਇਹ ਹਿੱਸੇ ਜੁੜਦਾ ਹੋਇਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰਲੇ ਬਣੇ ਵੇਖਦੇ ਵੀ ਲੱਖਾਂ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਦੇਖਦੇ ਇੱਕ ਧਰਮਕੋਟ ਦਾ ਪ੍ਰਸਿੱਧ ਹੈ ਕਿ ਨਾਮ ਇਹਦਾ ਲੱਖਾ ਯਾਰ ਪਿੰਡ ਹੈ ਧਰਮਕੋਟ ਵੱਡੇ ਵੱਡੇ ਯਾਫੀਆਂ ਤੋਂ ਆਉਂਦਾ ਨਹੀਂ ਹੈ ਲੋਟ ਵੱਡੇ ਵੱਡੇ ਯਾਫੀਆਂ ਤੋਂ ਆਉਂਦਾ ਨਹੀਂ ਹੈ ਲੋਟ ਪਰ ਵੇਖਦੇ ਵੀ ਇਧਰਲੇ ਬਣੇ ਨੌਜਵਾਨ ਸੇਖੇ ਪਿੰਡ ਦਾ ਭਰੀ ਪਗਲ ਲੁਆ ਸੋਹਣਿਆ ਨੇ ਰੀਸਾਂ ਇਧਰਲੇ ਬਣੇ ਵੇਖਦੇ ਹੈ ਵੀ ਫੇਡਿਆ ਵਾਲਾ ਰਣਜੀਤ ਫੈਸਲਾ ਕਿਸ ਗੱਭਰੂ ਦੇ ਹਿੱਸੇ ਕਰੇਗਾ ਲੈ ਵੀ ਜਵਾਨਾ ਇੱਕ ਸਾਈਡ ਤੇ ਹਰ ਜਾ ਇਧਰਲੇ ਬਣੇ ਵੇਖਣੇ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਵਾਨਾ ਹੀ ਰੀਸਾਂ ਪੱਲੇ ਪੱਲੇ ਹੋ ਗਈ ਮਿੱਤਰੋ ਮੈਚ ਇਸੇ ਨਾਲ ਸਮਾਪਤ ਹੋ ਗਿਆ ਹੈ ਦਰਸ਼ਕ ਵੀਰੋ ਜੇ ਮੈਚ ਵਧੀਆ ਲੱਗਾ ਯਾਰ ਦੋਨੋਂ ਟੀਮਾਂ ਦੇ ਨਾਂ ਤੇ ਤਾੜੀ ਮਾਰ ਦਿਓ ਜੇ ਵਾਕਿਆ ਮੈਚ ਦਾ ਪੂਰਾ ਸਵਾਦ ਆਇਆ ਹੈ ਦੋਨੋਂ ਟੀਮਾਂ ਦੇ ਨਾਂ ਤੇ ਤਾੜੀ ਮਾਰੋ ਲਓ ਜਿਹੜਾ ਮੈਚ ਹੋਇਆ ਇਹਦੇ ਜਿਹੜੇ ਪੁਆਇੰਟਾਂ ਦਾ ਲੇਖਾ ਜੋਖਾ ਉਹ ਆਪਾਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਖੋਸੇ ਕੋਟਲੇ ਵਾਲਾ ਜਾਫੀ ਆਪਣਾ ਮਾਨ ਸਮਾਂ ਲੈ ਜਾਵੇ ਸਟੇਜ ਤੋਂ ਖੋਸੇ ਕੋਟਲੇ ਦੇ ਪੁਆਇੰਟ ਨੇ 14 ਪੁਆਇੰਟ ਖੋਸਾ ਕੋਟਲਾ ਔਰ ਸੇਖੇ ਦੀ ਟੀਮ ਦੇ 20.5 ਪੁਆਇੰਟ ਨੇ ਇਸ ਮੈਚ ਦੇ ਵਿੱਚ ਸੇਖੇ ਦੀ ਟੀਮ ਰੇਡਰ ਲਈ ਆਪਣਾ ਮਾਨ ਸਮਾਨ ਲੈ ਜਾਵੇ ਨਿੱਕੇ ਆਪਣੇ ਪੈਸੇ ਲੈ ਜਾਓ ਵੀਰ ਸੇਖੇ ਦੀ ਟੀਮ ਜਿਹੜੀ ਜੇਤੂ ਰਹੀ ਹੈ ਆਓ ਹੁਣ ਜਿਹੜਾ ਮੈਚ ਹੈ ਅਕਾਲਸਰ ਮੋਗਾ ਬੀ ਵਰਸੀ ਜੇ ਤਲਵੰਡੀ ਮੱਲੀਆਂ ਦੀਆਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਖੇਡਿਆ ਜਾਵੇਗਾ ਖੋਸੇ ਕੋਟਲੇ ਦੀ ਟੀਮ ਆਪਣਾ ਮਾਨ ਸਮਾਨ ਲੈ ਜਾਵੇ ਸ਼ਰਮਾ ਜੀ ਕੁਲਦੀਪ ਸ਼ਰਮਾ ਜੀ ਨਾਲ ਹੀ ਸ਼ਕੂਰ ਤੇ ਮਹਿਰੋ ਦੀਆਂ ਟੀਮਾਂ ਸ਼ਕੂਰ ਵਰਸੀ ਜੇ ਮਹਿਰੋ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਬਾਰੇਵਾਲਾ ਤੇ ਰੌਲੀ ਦੀ ਟੀਮ ਇਹ ਵੀ ਮੇਰੇ ਵੀ ਅਗਲੀਆਂ ਅਗਲੇ ਮੈਚਾਂ ਦੇ ਲਈ ਤਿਆਰੀਆਂ ਖਿੱਚ ਲਓ ਲਓ ਇੱਧਰ ਅਕਾਲਸਰ ਮੋਗੇ ਦੀ ਬੀ ਟੀਮ ਜਿਹੜੀ ਆ ਗਈ ਹੈ ਸਟੇਜ ਵਾਲੇ ਪਾਸੇ ਅਕਾਲਸਰ ਮੋਗੇ ਦੀ ਬੀ ਟੀਮ ਸਟੇਜ ਵਾਲੇ ਪਾਸੇ ਹੈ ਦੂਸਰੇ ਪਾਸੇ ਤਲਵੰਡੀ ਮੱਲੀਆਂ ਪਿੰਡ ਕਹਿੰਦੇ ਵੀ ਬਲਜੀਤ ਸੀ ਉਹਦਾ ਪਿੰਡ ਹੈ ਕਹਿੰਦੇ ਕੈਨੇਡਾ ਦੇ ਕੈਲਗਰੀ ਦੇ ਵਿੱਚ ਰਹਿੰਦਾ ਪੱਕੇ ਤੌਰ ਤੇ ਇਸ ਸਮੇਂ ਭਾਈ ਹੀ ਕਬੱਡੀ ਲਾਓ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਤਲਵੰਡੀ ਮੱਲੀਆਂ ਪਿੰਡ ਔਰ ਸਾਹਮਣੇ ਵੀ ਗਰੀਬੀ ਸਮੇਂ ਮੇਜ਼ਬਾਨ ਨਗਰ ਦਾ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਇਹ ਹਿਲਾ ਕੇ ਪੂਰਾ ਤਾਣ ਮਿੱਤਰੋ ਕਹੋਗੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਹੋਗੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਵਾਕਿਆ ਜਿੱਤ ਜਾਣ ਖੇਡ ਹੈ ਪੰਜਾਬੀਆਂ ਦੀ ਪਰ ਇਸ ਸਮੇਂ ਵੇਖਦੇ ਵੀ ਨੌਜਵਾਨ ਤਲਵੰਡੀ ਮੱਲੀਆਂ ਦੀ ਟੀਮ ਵੱਲੋਂ ਕਬੱਡੀ ਆਉਂਦਾ ਹੋਇਆ ਹੈ ਖੇਡ ਬਾਜ਼ਾਰ ਦੇ ਵਿੱਚ ਬੋਲਿਆ ਧਾਵਾ ਗੱਭਰੂ ਦਾ ਤਿੰਨ ਯਾਫੀ ਨੇ ਨੌਜਵਾਨ ਕਿ ਖੜੇ ਮਾਰਨ ਥਾਪੀਆਂ ਦੀ ਪੋਚੀ ਲੱਖਾਂ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਧੀਮਾ ਮੰਦਰ ਮੁੜਦ ਨਾ ਖਾਲੀ ਤੇ ਉਹ ਵਹਿਲੀ ਭੱਜ ਤੁਰਿਆ ਜਿੱਤੇ ਮਾਰ ਨਾ ਪੰਗਾ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਸਿੰਘ ਫਸਦੇ ਹੈ ਔਰ ਦੇਖਦੇ ਵੀ ਸਾਹਮਣੇ ਪੁਆਇੰਟ ਜਿਹੜਾ ਇਸ ਸਮੇਂ ਮੋਗੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਬੱਬੀ ਕਲੇਰ ਜੀ ਤੁਹਾਡੇ ਲਈ 100 ਰੁਪਏ ਦਾ ਮਾਨ ਤੇ ਪਿਆਰ ਭੇਜ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਬੱਬੀ ਕਲੇਰ ਜੀ ਲਓ ਉਧਰ ਧੰਨਵਾਦ ਹੈ ਸਾਡੀ ਜ਼ਿੰਦਗੀ ਦਾ ਪਰ ਮਿੱਤਰ ਹੈ ਮੇਰਾ ਵੀਰ ਬੱਬੀ ਕਲੇਰ ਵੱਡੀਆਂ ਜ਼ਿੰਮੇਵਾਰੀਆਂ ਹੈ ਬਹੁਤ ਸਾਰਾ ਮਾਨ ਪਿਆਰ ਆਪਣੇ ਛੋਟੇ ਵੀਰ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜਦੇ ਹੈ ਇੱਧਰ ਬਣੇ ਪੁਆਇੰਟ ਵੇਖਦੇ ਵੀ ਫੇਡਿਆਂ ਵਾਲਾ ਸੁਖਵੰਦਰ ਫੈਸਲਾ ਕਰਦਾ ਹੈ ਵੀ ਪੁਆਇੰਟ ਜਿਹੜਾ ਅਕਾਲਸਰ ਮੋਗੇ ਦੀ ਬੀ ਟੀਮ ਦੇ ਹਿੱਸੇ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਇੱਧਰਲੇ ਬਣੇ ਫਿਰ ਅਗਲੀ ਕਬੱਡੀ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਲਓ 35 ਕਬੱਡੀਆਂ ਨੇ
ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਲਓ ਇਧਰਲੇ ਬੰਨੇ ਭਾਈ ਹੀ ਕਬੱਡੀ ਹੈ ਪਰ ਦੂਸਰੇ ਪਾਸੇ ਵੇਖਦੇ ਵੀ ਤਲਵੰਡੀ ਮੱਲੀ ਹੈ ਪੇਟ ਦਾ ਗੱਭਰੂ ਲਾਉਂਦਾ ਜੱਫਾ ਖੇਡ ਮੈਦਾਨ ਦੇ ਅੰਦਰ ਇਸ ਵੇਲੇ ਲੱਗਦਾ ਹੋਇਆ ਜੱਫਾ ਤੇ ਪੁਆਇੰਟ ਜਿਹੜਾ ਦੇਖਦੇ ਵੀ ਕਿਸ ਟੀਮ ਦੇ ਹਿੱਸੇ ਦੇ ਵਿੱਚ ਜੁੜੇਗਾ ਕਿਉਂਕਿ ਕੋਸ਼ਿਸ਼ ਜਾਰੀ ਹੈ ਨੌਜਵਾਨ ਕਹਿੰਦਾ ਵੀ ਸਾਂਝਾ ਕਰਾ ਦੇਵਾਂ ਪਰ ਪੁਆਇੰਟ ਜਾਫੀਆਂ ਦਾ ਹੈ ਪੁਆਇੰਟ ਜਿਹੜਾ ਇਸ ਸਮੇਂ ਤਲਵੰਡੀ ਮੱਲੀਆਂ ਦੀ ਟੀਮ ਦਾ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਵਿਚਾਰ ਰਣਵੀਰ ਸਿੰਘ ਜੀ ਗਿੱਲ ਸਾਹਿਬ ਆਪਣੇ ਸ਼ਬਦ ਵਿੱਚੋਂ ਸਮਾਂ ਕੱਢ ਕੇ ਪੁੱਜੇ ਨੇ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਰਣਵੀਰ ਸਿੰਘ ਜੀ ਗਿੱਲ ਸਾਹਿਬ ਸਾਰੇ ਹੀ ਅਕਾਲ ਸਰ ਯੂਥ ਕਲੱਬ ਦੇ ਆਰਗਨਾਈਜ਼ਰ ਵੀਰਾਂ ਵੱਲੋਂ ਸਾਡੀ ਕਲੱਬ ਦੇ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਵੈਲਕਮ ਸਲਾਮੇ ਮੁਹੱਬਤ ਗੁਰਦੀਪ ਸਿੰਘ ਜੀ ਗਿੱਲ ਸਾਹਿਬ ਪੁੱਜੋ ਨੇ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਦਰਬਾਰ ਜੀ ਚੱਲ ਵੀ ਨੌਜਵਾਨ ਹੈ ਪਾ ਵੀ ਕਬੱਡੀ ਇੱਧਰ ਲੱਭਣੇ ਵੇਖਦੇ ਵੀ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਹੈ ਪਰ ਦੂਸਰੇ ਪਾਸੇ ਨੌਜਵਾਨ ਗੱਭਰੂ ਕਹਿੰਦੇ ਵੀ ਤਲਵੰਡੀ ਮੱਲੀਆਂ ਪਿੰਡ ਕੋਕਰੀ ਦੇ ਬਿਲਕੁਲ ਲਾਗੇ ਪਿੰਡ ਹੈ ਔਰ ਇਸ ਸਮੇਂ ਪੁਆਇੰਟ ਜਿਹੜਾ ਧਾਦੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਕਿ ਚੰਗੀਆਂ ਖਾ ਖੁਰਾਕਾਂ ਯਾਰੋ ਮਿਹਨਤ ਲਾਉਣੀ ਪੈਂਦੀ ਹੈ ਇਸ਼ਕ ਮੁਸ਼ਕ ਤੋਂ ਯਾਰੋ ਅੱਖ ਬਚਾਉਣੀ ਪੈਂਦੀ ਹੈ ਕਿ ਪੈਂਦੀਆਂ ਨੇ ਕਦੇ ਪੂਰੀਆਂ ਮੋੜਾਂ ਉੱਤੇ ਖੜ ਖੜ ਕੇ ਤੇ ਹੁੰਦੀਆਂ ਨੀ ਮਸ਼ਹੂਰੀਆਂ ਕੁੜੀਆਂ ਪਿੱਛੇ ਲੜ ਲੜ ਕੇ ਤੇ ਘਰ ਨਾ ਪਵੇ ਸਰੀਰ ਜਿਵੇਂ ਗਹਿਣਾ ਸੁਨਿਆਰ ਦਾ ਫੇਰ ਕਿਤੇ ਜਾ ਕੇ ਰੁਤਬਾ ਮਿਲੇ ਸਟਾਰ ਦਾ ਫੇਰ ਕਿਤੇ ਵਾਕਿਆ ਰੁਤਬਾ ਸਟਾਰ ਦਾ ਮਿਲਦਾ ਹੈ ਸੌਖਾ ਨੀ ਸੱਥਾਂ ਦੇ ਵਿੱਚ ਗੱਲਾਂ ਕਰਵਾਉਣੀਆਂ ਐਵੇਂ ਨੀ ਲੋਕੀ ਪੁੱਛਦੇ ਵੀ ਆਹ ਮੁੰਡਾ ਕਿਹੜੇ ਪਿੰਡ ਦਾ ਜਿਹੜਾ ਗਰਾਊਂਡ ਦੇ ਵਿੱਚ ਇਸ ਸਮੇਂ ਕਹਿਰਵਾਨ ਜੱਫੇ ਲਾਉਂਦਾ ਹੈ ਜਾਂ ਫਿਰ ਨਾਨ ਸਟਾਪ ਕਬੱਡੀਆਂ ਪਾਉਂਦਾ ਹੈ ਕਿ ਕਈਆਂ ਦਾ ਤਾਂ ਸਾਰਾ ਦਿਨ ਲਹਿੰਦਾ ਨੀ ਉਹ ਪਾਲਾ ਨਾਮ ਜੱਗ ਤੇ ਬਣਾਉਣਾ ਨੀ ਸੁਖਾਲਾ ਨਾਮ ਜੱਗ ਤੇ ਬਣਾਉਣਾ ਨੀ ਸੁਖਾਲਾ ਲਓ ਵਾਹ ਧੱਕਮ ਧੱਕੇ ਹੁੰਦੀ ਜਵਾਨੀ ਦੁਨੀਆਂ ਸਾਰੀ ਮੰਨੇ ਹੱਟ ਕਬੱਡੀ ਬੰਨੇ ਐ ਵੀ ਹੱਟ ਕਬੱਡੀ ਬੰਨੇ ਹੱਟ ਕਬੱਡੀ ਬੰਨੇ ਐ ਵੀ ਦੇਖਦੇ ਵੀ ਪੁਆਇੰਟ ਜਿਹੜਾ ਜਾਫੀ ਜਾਂਦਾ ਹੈ ਇਸ ਸਮੇਂ ਪੁਆਇੰਟ ਤਲਵੰਡੀ ਮੱਲੀਆਂ ਦੀ ਟੀਮ ਦਾ ਹੈ ਅਗਲਾ ਮੈਚ ਸ਼ਕੂਰ ਵਾਰਸੀ ਮਹਿਰੋ ਦੀਆਂ ਟੀਮਾਂ ਦਾ ਹੈ ਮੇਰੀ ਬੇਨਤੀ ਦੋਨੋਂ ਟੀਮਾਂ ਜਿਹੜੀਆਂ ਇਸ ਤੋਂ ਅਗਲੇ ਮੈਚ ਦੇ ਲਈ ਗਰਾਊਂਡ ਦੇ ਨੇੜੇ ਪੁੱਜ ਜਾਣ ਇੱਧਰ ਲੱਭਣੇ ਪਾਈ ਹੀ ਕਬੱਡੀ ਹੈ ਕਿ ਖੇਡੀ ਦੀ ਸੀ ਕਦੇ ਕਬੱਡੀ ਕਲਰੇ ਰੋੜਾਂ ਤੇ ਭਰ ਜੋਗਣ ਮਟਿਆਰ ਹੋ ਗਈ ਉੱਚੀਆਂ ਜੋੜਾਂ ਤੇ ਦਿੱਤਾ ਇਸ ਨੂੰ ਥਾਪੜਾ ਸਮੇਂ ਦੀਆਂ ਸਰਕਾਰਾਂ ਨੇ ਟੀਵੀ ਚੈਨਲਾਂ ਮੀਡੀਆ ਯਾਰੋ ਅਤੇ ਅਖਬਾਰਾਂ ਨੇ ਫਿਰ ਵਰਲਡ ਕੱਪ ਨਾਲ ਹੋਏ ਜਦੋਂ ਕਲੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਮਿੱਤਰੋ ਢੋਲ ਕਬੱਡੀ ਦੇ ਕਬੱਡੀ ਦੇ ਢੋਲ ਵੱਜੇ ਪਏ ਦੁਨੀਆਂ ਦੇ ਵਿੱਚ ਤੇ ਪੁਆਇੰਟ ਇਸ ਸਮੇਂ ਵੇਖਦੀ ਵੀ ਅਕਾਲ ਸਰ ਮੋਗੇ ਦੀ ਟੀਮ ਦੇ ਜਿਹੜੀ ਬੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨ ਪਾ ਵੀ ਕਬੱਡੀ ਸਮੁੰਦਰ ਜਿਹਾ ਕੱਦ ਵੇਖਦੀ ਵੀ ਮੁੰਡਾ ਗੁੰਦਵੇਂ ਜਿਹੇ ਸਰੀਰ ਦੇ ਵਿੱਚ ਇਸ ਸਮੇਂ ਵੱਧ ਕੇ ਕਬੱਡੀ ਪਾ ਰਿਹਾ ਲਓ ਇਸ ਸਮੇਂ ਪਾਈ ਹੀ ਕਬੱਡੀ ਕਿ ਗਰਾਊਂਡ ਵਿੱਚ ਪੁੱਜੇ ਯਾਰ ਸੁਪਰ ਸਟਾਰ ਵੀ ਕਈਆਂ ਨੂੰ ਮਿਲੂ ਜਿੱਤ ਯਾਰ ਕਈਆਂ ਨੂੰ ਤਾਂ ਹਾਰ ਵੀ ਤੇ ਗੱਜਣ ਵਾਲੇ ਦਾ ਦਿਲਬਾਗ ਬੋਲਦਾ ਬੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਮਿੱਤਰੋ ਢੋਲ ਕਬੱਡੀ ਦੇ ਚੱਲ ਵੀ ਜਵਾਨਾ ਪਾ ਵੀ ਕਬੱਡੀ ਇੱਧਰ ਨੇ ਬੜੇ ਅਕਾਲ ਸਰ ਮੋਗੇ ਦੀ ਟੀਮ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾ ਰਿਹਾ ਲਓ ਚੁੱਕਿਆ ਹੋਇਆ ਇਸ ਸਮੇਂ ਖਿਲਾਰੀਆਂ ਹੋਈਆਂ ਬਾਹਾਂ ਚਾਰ ਜਾਫੀ ਨੇ ਤਲਵੰਡੀ ਮੱਲੀਆਂ ਪਿੰਡ ਦੇ ਕਹਿੰਦੇ ਵੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਵੱਲੋਂ ਵੱਡਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤਲਵੰਡੀ ਮੱਲੀਆਂ ਦੀ ਧਰਤੀ ਇਸ ਸਮੇਂ ਵੇਖਦੇ ਵੀ ਲੱਗਦਾ ਜੱਫਾ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹਿੱਸੇ ਨਾਲ ਮੈਚ ਜਿਹੜਾ ਸਮਾਪਤ ਹੋ ਗਿਆ ਸ਼ਕੂਰ ਵਾਰਸੀ ਮਹਿਰੋ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਨਾਲ ਹੀ ਇਸ ਚੱਲਦੇ ਹੋਏ ਮੈਚ ਦੇ ਵਿੱਚ ਤਲਵੰਡੀ ਮੱਲੀਆਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਜੀ ਤਲਵੰਡੀ ਮੱਲੀਆਂ ਦੀ ਟੀਮ ਜੇਤੂ ਰਹੀ ਹੈ ਸ਼ਕੂਰ ਵਾਰਸੀ ਮਹਿਰੋ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਆ ਜਾਣ ਸ਼ਕੂਰ ਵਾਰਸੀ ਮਹਿਰੋ ਨਾਲ ਹੀ ਬਾਰੇ ਵਾਲਾ ਵਾਰਸੀ ਰੌਲੀ ਸ਼ਕੂਰ ਵਾਰਸੀ ਮਹਿਰੋ ਦੀਆਂ ਟੀਮਾਂ ਬਾਰੇ ਵਾਲੇ ਨੇ ਖੇਡਣਾ ਹੈ ਰੌਲੀ ਦੇ ਨਾਲ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਤੋਂ ਅਗਲੇ ਮੈਚਾਂ ਦੇ ਲਈ ਤਿਆਰ ਬਰਤਿਆਰ ਰਹਿਣ ਸ਼ਕੂਰ ਵਾਰਸੀ ਮਹਿਰੋ ਬਾਰੇ ਵਾਲਾ ਤੇ ਰੌਲੀ ਦੀਆਂ ਟੀਮਾਂ ਟੀਮਾਂ ਆਈਆਂ ਹੋਵੇ
ਕੇ ਕਰਨਾ ਵੀ ਕੀ ਆ ਮੁੰਡੇ ਮੁੰਡੇ ਉਹ ਲੰਡੇ ਦੇ ਚੂੜਨਾ ਜਾਣੂ ਉਹਨਾਂ ਪੱਟੀ ਖਾਣੀ ਕੇ ਖਾਣੀ ਆ ਨਾਲ ਪਾਣੀ ਤੋਂ ਤਿਆਰ ਕੇ ਦਿੱਤੀ ਸ਼ਕੂਰ ਵਾਰਸੀ ਮਹਿਰੋ ਦਾਰੇ ਵਾਲਾ ਵਾਰਸੀ ਰੌਲੀ ਦੀਆਂ ਟੀਮਾਂ ਇਹਨਾਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਖੇਡੇ ਜਾ ਰਹੇ ਹੈ ਮੇਰੀ ਬੇਨਤੀ ਹੈ ਬਾਰੇ ਵਾਲਾ ਵਾਰਸੀ ਰੌਲੀ ਇਹ ਵੀ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣ ਇੱਧਰ ਮਹਿਰੂ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ ਸ਼ਕੂਰ ਦੀ ਟੀਮ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਸ਼ਕੂਰ ਪਿੰਡ ਦੀ ਟੀਮ ਸ਼ਕੂਰ ਦੀ ਟੀਮ ਸਿਰਫ ਅੱਧੇ ਮਿੰਟ ਦਾ ਇੰਤਜ਼ਾਰ ਹੈ ਜੀ ਕਿਉਂਕਿ ਭਵਾਨ ਜੀ ਜਦੋਂ ਦਾ ਸੇਖਾ ਤੇ ਖੋਸਾ ਕੋਟਲਾ ਮੈਚ ਚੱਲਿਆ ਉਦੋਂ ਪਹਿਲਾਂ ਦੇ ਆਵਾਜ਼ਾਂ ਮਾਰੀ ਜਾਂਦੀ ਹੈ ਕੈਮਰਾਮੈਨ ਨੂੰ ਬੇਨਤੀ ਹੈ ਵੀ ਸਟੇਜ ਤੇ ਪੁੱਜੇ ਕੈਮਰਾਮੈਨ ਸੋਨੂ ਸਟੂਡੀਓ ਜੀ ਆਇਓ ਜੀ ਸਟੇਜ ਨਿਰਮਲ ਲੰਗੇ ਆਣਾ ਮੇਰਾ ਵੀਰ ਗਰਾਊਂਡ ਵਿੱਚ ਆਵੇ ਸਾਡੇ ਦਾਨੀ ਵੀਰਾਂ ਨੂੰ ਜਿਹੜੇ ਮਾਣ ਸਨਮਾਨ ਦਿੱਤੇ ਜਾਣਗੇ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ ਜਿਹਨਾਂ ਨੇ ਵੱਡੇ ਮਾਣ ਦਿੱਤੇ ਨੇ ਇਸ ਟੂਰਨਾਮੈਂਟ ਦੇ ਲਈ ਉਹਨਾਂ ਨੂੰ ਮਾਣ ਸਨਮਾਨ ਦੇ ਜਾ ਰਹੀ ਹੈ ਸਾਡੀ ਪ੍ਰਬੰਧਕੀ ਕਮੇਟੀ ਨਾਲ ਹੀ ਸ਼ਕੂਰ ਵਾਰਸੀ ਮਹਿਰੋ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਬਾਰੇ ਵਾਲਾ ਤੇ ਰੌਲੀ ਔਰ ਮਾਈਕ ਤੇ ਗੱਲ ਕਰੇਗਾ ਮੇਰਾ ਵੀਰ ਕੁਲਦੀਪ ਸ਼ਰਮਾ ਸਿੰਘਾ ਵਾਲਾ ਇਧਰ ਮਾਣ ਸਨਮਾਨ ਕੀਤੇ ਜਾ ਰਹੇ ਨੇ ਸਾਡੇ ਸਤਿਕਾਰਯੋਗ ਵੀਰਾਂ ਦੇ ਜਿਨ੍ਹਾਂ ਨੇ ਸਾਨੂੰ ਟੂਰਨਾਮੈਂਟ ਦੇ ਲਈ ਵੱਡੇ ਦਾਨ ਦਿੱਤੇ ਨੇ ਸਾਡੇ ਕਲੱਬ ਦੇ ਪ੍ਰਧਾਨ ਵਾਡਾ ਸਹਿਯੋਗ ਦਿੱਤਾ ਉਹਨਾਂ ਦਾ ਮਾਣ ਸਨਮਾਨ ਕਰਨ ਜਾ ਰਹੀ ਹੈ ਪ੍ਰਬੰਧਕੀ ਕਮੇਟੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਸੁਖਦੇਵ ਸਿੰਘ ਜੀ ਦੇਦੀ ਬੋਟ ਸਿੰਘ ਜੀ ਗਿੱਲ ਤਾਈ ਰਾਮ ਸਿੰਘ ਐਨ ਆਰ ਆਈ ਉਹਨਾਂ ਦਾ ਸਨਮਾਨ ਕਰ ਰਹੇ ਆ ਨਾਲ ਨਰਿੰਦਰ ਸਿੰਘ ਜੀ ਐਮ ਸੀ ਪ੍ਰਧਾਨ ਸਾਹਿਬ ਆਜੋ ਜੀ ਸ਼ਕੂਰ ਮਹਿਰੋ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਮਹਿਰੋ ਦੀ ਟੀਮ ਜਿਹੜੀ ਸ਼ਮਸ਼ਾਨ ਘਾਟ ਵਾਲੇ ਪਾਸੇ ਹੈ ਤੇ ਸ਼ਕੂਰ ਦੀ ਟੀਮ ਅੱਜ ਸਟੇਜ ਵਾਲੇ ਪਾਸੇ ਮਹਿਰੋ ਵੱਲੋਂ ਜੀਤੇ ਦੀ ਪੈਂਦੀ ਹੋਈ ਕਬੱਡੀ ਅਗਲੇ ਮੈਚ ਦੇ ਲਈ ਬਾਰੇ ਵਾਲਾ ਹੈਲੋ ਸਰਦਾਰ ਬਚਿੱਤਰ ਸਿੰਘ ਗਿੱਲ ਟੂਰਨਾਮੈਂਟ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਬਚਿੱਤਰ ਸਿੰਘ ਗਿੱਲ ਲਓ ਬਈ ਮਹਿਰੋ ਵੱਲੋਂ ਕਬੱਡੀ ਤੇ ਸ਼ਕੂਰ ਵੱਲੋਂ ਜਫਾ ਪਹਿਲਾ ਡੇਢ ਅੰਕ ਜਿਹੜਾ ਸ਼ਕੂਰ ਦੇ ਖਾਤੇ ਦੇ ਵਿੱਚ ਇੱਧਰੋਂ ਕਹਿੰਦੇ ਸ਼ਕੂਰ ਵੱਲੋਂ ਬਈ ਬੱਬੂ ਕਬੱਡੀ ਪਾਵੇਗਾ ਜੱਦੀ ਪਿੰਡ ਕਹਿੰਦੇ ਖੁਖਰਾਣਾ ਤੇ ਨਿੱਕੇ ਕੇ ਹੋਏ ਗੱਲਾਂ ਕਰਦੇ ਹੁੰਦੇ ਸੀ ਬਈ ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਆ ਮੇਰੀ ਮੰਮੀ ਮੇਰੇ ਲਈ ਫਰਾਕ ਲੈ ਕੇ ਆਈ ਆ ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਆ ਲਓ ਬੱਬੂ ਦੀ ਪੈਂਦੀ ਸੀ ਕਬੱਡੀ ਸਾਹਮਣੇ ਦੇਖਦੇ ਆ ਕਬੱਡੀ ਦੇ ਮੈਦਾਨਾਂ ਵਿੱਚ ਕਰਦੇ ਨੇ ਕਹਿਰ ਜਿਹੜੇ ਉਹੀ ਪੁਆਇੰਟ ਜਿਹੜਾ ਦੇਖਦੇ ਵੀ ਰੇਡਰ ਦੇ ਖਾਤੇ ਦੇ ਵਿੱਚ ਗੁੱਡ ਜਜਮੈਂਟ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੀਤਾ ਅਗਲੀ ਕਬੱਡੀ ਲਈ ਵਾਧਾ ਹੋਇਆ
कबड्डी के मैदानों जेड़े करते ने कहर बई वह भी फिर करते ने विदेशों की सैर बई फिर जाके लाते ने अंबर च अडारियां कबड्डी के खिडारियों मिलदियां आल्टो स्विफ्टा सपारियां बड़े बड़े मान होंगे ने कबड्डी खिडारियों के लो इधर जीता जीता अपील करता है तो जसवीर मेहने वाला दसते हैं भी की फैसले दिता है पॉइंट जरा जाफी के खाते के चल भी सुने पा कबड्डी अगली कबड्डी फिर इधर नौजवान फिरी अगली कबड्डी लई वाधा हुआ नौजवान मत्था टेकया मुंडे ने हाथ जोड़े ते लगा रब नूं ते हुण लोको मारो तारियां शेर नूं देवो हौसला ते तां वी चलिया है कबड्डियां पाउण लोको लो हिंदरी दी पैंदी होई कबड्डी उड़दी आ तोड़ देखदे आ किहड़ा लाउंदा इहनूं जूड़ लैंदे ने नूड़ बणाउंदे ने मूड़ पॉइंट जिहड़ा रेडर दे खाते दे विच चल भी सुणिया पा कबड्डी कहिंदे भी पीके मुफ्त दी दारू करे जे खरोद पाउंदे वह तो मित्रों मिट्टी के शेर होंगे की हुंदा वेखना बकरिया के भेड़ा का वेखण वाले तो सन के भेड़ होंगे मक्खन बराड़ा जे खाण मिले मुर्गा कितों दाल ना हथ लवेड़ होंगे और जीते भी फिर पैंदी हुई कबड्डी हट कबड्डी बन्ने बई हट कबड्डी बन्ने खा खा के मक्खणा दे पेड़े ते पी पी के दुध दे छन्ने हट कबड्डी बन्ने बई हट कबड्डी बन्ने तो पॉइंट जिहड़ा मैरों के खाते के बारे वाला रौली अगले मैच के लिए टीमां तैयार रहन बारे वाला ते रौली बब्बू अगली कबड्डी लई फिर नौजवान कल नूं कबड्डी ओपन दे विच बड़े ही प्लेयर पहुंच रहे हैं 40 साल शो मैच भी होना एक लड़कियों का शो मैच भी होगा सो दर्शकों नूं बेनती भी कल नूं काम करा तो वेले होके जल्दी ग्राउंड दे विच पाउणा कोई शायर लिखता भी काम सारी उम्र नहीं मुकते क्यों भाई मेरा साहब काम नहीं मुकते सारी उम्र बंदा मुक जाता अगे दसवीं का है काका कुलदीपना उतले चवारे वाली हुई टीपना ते सुन वाली झोटी तेरी चोरी तम तम ना मुक गए जिंद तेरे मुके कम ना तो जीता फिर पौधा हुआ कबड्डी खिलाड़ियों ने बाह रोक लो सह बई गड लो नगाह देखो कितने टच मार शेर के बूहे देखो कि शेर ललकार जशीले जाफिया मारियां थापियां घेर के दिखाएंगे इन्हों के हाथ रिंचा वर्गे है लगों फड़ के मनाएंगे अगली कबड्डी हिंदरी अज 70 किलो के बड़े तकड़े मैच देखे ने इस तरह कल नूं कबड्डी ओपन के बड़े उच्च कोटी के प्लेयर जिन्होंने विदेशों की धरती के मान ला उधर हिंदरी की पैंती हुई कबड्डी नौजवान की उधर नौजवान ने वध के कोशिश की पॉइंट जरा रेड के खाते चल भी जीता एक जीता माहौल होया कहिंदे भी अभी मैक यार चलता तो बंद कर लो लो फिर जीता फिर कबड्डी कबड्डी करता हुआ कहिंदे भी जे खेडना हो कबड्डी तो दुध डेयरी नहीं पाई का तो माघ के महीने नग छड़ना पैंदा रजाई का जेठ हार दी सहनी पैंदी शरीर उत्ते मार मित्रों बनना सौखा नहीं कबड्डी का स्टार मित्रों कबड्डी का स्टार बनने लई बड़ी घालना घालनी पैंदी है पॉइंट जिहड़ा रेडर के खाते के चल भी इधर बब्बू अगली कबड्डी फिर नौजवान बब्बू करता हुआ बब्बू नौजवान फिर अगली कबड्डी के लिए वादा हुआ देखते की बनता ते की जुड़ता जिधर भी ये जाते जितने ढोल बजाते ने मस्ती दे विच मस्त पंजाबी भंगड़े पाते हैं अज विसाखी का पवित्र दिहाड़ा है शाम को पैग शैग भी लगने हैं पैग शैग का नाम सुन के कई मूँह तो हमने पानी आ गया होना मेरे को वह गल भी थोड़े ठहर के करा जो तो मैच शुरू होया मक्खन बराड़ दी लिखिया लैना थोड़े ना साझिया करा मैडम साहब पीते पीती एक दिन हाथे में बह के पीती अजय मैच चल रहा अजो जीता फिर नौजवान पाँगा हुआ कबड्डी जीते भी पेंदी हुई कबड्डी खड़े मारन थापिया भी टोची लखा जवारा लाले लोकी गल्ला करन खड़े भीमा मंदिर मुड़न ना खाली ओ वैली है भाई तुरिया जीते मौड़ ना पंगा पा के सिंह फस गए कुंडिया दे मित्रों बह जाओ गोडी ला के सिंह फस गए कुंडिया दे मित्रों बह जाओ गोडी ला के लो भी अगली कबड्डी कहते हिंदरी दी है बारे वाला ते रौली ये टीम तैयार हो जाए अगले मैच के लिए बारे वाला ते रौली ये दोनों टीम तैयारी खिंच लैन अगर नौजवान फिर पैंदे हुई कबड्डी कहते भी अच्छ सीटियां बजनगिया स्पीकर गजनगे कौडिया पैनगिया जफ्फे लगनगे अच्छा नौजवान हिंदरी जफ्फा लाने की करता हुआ कुछ कहते मलवाई ने रेडा पाते माझी जफ्फे लाते चारे पासे फिरते पुत दबाबिया के अज कौडी कौडी करते फिरते पुत पंजाबियों के अज कौडी कौडी करते फिरते पुत पंजाबियों के पॉइंट जरा फिर जाफी ने अपने खाते के जमा कर लिया चल भी सुने पा कबड्डी जीता मौड़ फिर एक बार कबड्डी के लिए तैयार होंदा होया जिस तरह मैं पहला भी दसिया भी कल 40 साल शो मैच होना लड़कियों का भी एक शो मैच होना 40
उच्च कोटि के प्लेयर जिन्होंने विशेष तौर पर साड़ी कमेटी वालों सदे पत्र दिए हुए हैं। सो उन्होंने मैच भी कल देखने योग होंगे, छड़ जाएंगे बागां नूं, आखिर विछड़ जाएंगे माली। ये तो गल वखरी है कि कदे चमन होण ना खाली, मर के भी मुकदे ना भगत सूरमा दानी। दुनिया पई जाती है बंदिया छड़ जा तू भी कोई निशानी, दुनिया पई जाती है। कले कले ने फड़ना पत्थरों सारे पै गए काले कच्छा पेंदे होंगे। सरपंच रूप सिंह जी वालों जीते महरवाल ने 100 रुपया मान पहुंचा है, बहुत मेहरबानी जी। खेड तो खुश होकर 100 रुपये का विशेष सम्मान सरपंच रूप सिंह जी। लो भाई इधर बाबू की फेर पी हुई कबड्डी। इस सामने काली पट्टी वाला नौजवान पूरी किरण की कोशिश करता है तो पॉइंट जरा रेडर के खाते के किसी पंजाबी ने कदे सोचा नहीं होना कि खेड कबड्डी पे भी तन चंगे आने। भाई लंगिया नहीं गल सुन वाले, किसी पंजाबी ने कदे सोचा नहीं होना कि खेड कबड्डी के भी तन कदे चंगे आने। इसका मुल करोड़ों के विच पऊ ते टीवी चैनलों उत्ते विखाउणगे। भदौड़ वाले पंजाबियों ने जिद फड़ ली ते क्रिकेट के बराबर कबड्डी नूं बिठाउणगे। अज क्रिकेट के बराबर बैठी है इधर जी तेरी पैंदी हुई कबड्डी। खा खा खुराकां सोहनी सेहत हुंदी है, चल शहर मोगे जिथे बड़ी शानदार कबड्डी हुंदी है। शानदार कबड्डियां धौलां ते तफे ते कल नूं कमेटी वाले ने दे देने तुहानूं नोटां दे कफे। 3100 रुपये का विशेष सन्मान 70 किलो दे विच ते ओपन दे विच 5100 रुपया बेस्ट रेट दे जाफी दे लई। सो इधरों फिर हिंदरी दी पैंदी हुई कबड्डी। कल नूं जिथे दलबाग गजन वाले का टहणी कनेडा वालों LCD दे नाल सन्मान होना है, उस वीर का भी धन्यवाद टहनी कनेडा जी। उन्होंने वालों दलबाग जो इंटरनेशनल बुलारा उस वीर का कल LCD नाल मान सम्मान होना। लो इधर फिर काले कच्छे वाले का काले कच्छे का पंगा पै गया। लो भाई मारो तारियां भी दर्शक वीरो, भाई पूरा जोर लगे दोनों खिलाड़ियों का। फैसला भी गुड जजमेंट पॉइंट भाई वीर, हाथ तेरा पहला इतने लग गया अभी तो पार नहीं हुई सी, नहीं पहला भी गुड जजमेंट दोनों ही वीर ने फैसला तो सोच के करी तीन लौंग का मुकदमा भारी। लो तो जीता फिर कबड्डी पाँदा हो, एक खाधी हो खुराक तरंग जमा खाड़िया गभरू खेडन कबड्डी ते पैंदी धमक चबारिया। भाई गब्बर लो इधरों फिर जीते की पैंदी हुई कबड्डी। देखते हैं भाई जीता नौजवान करता है रेड किसाना के पेड़ पॉइंट रेडर के खाते। अगले मुकाबले दोनों टीम तैयार हो जाए। अगले मुकाबले के लिए बारे वाला ते रौली बापू फिर नौजवान कबड्डी करता हुआ, कबड्डी पैंदी है जवानी खेंदी है, दिल फिर धक धक करता है जो जाफी रेडर फड़ता। लो उधर जाफी ने कोशिश की है, बगी चित्री कमादो निकली ते उड़दी नूं बाज पै गया। बाज पैनी गल वल बगी चित्री कमादो निकली ते उड़दी नूं बाज पै गया, कहिंदे बब्बू ने रेड़ पाई ते पॉइंट भी बब्बू लै गया। जीता फिर अगले रेड लई तैयार हुंदा होया। अज कबड्डी दियां इस खेड स्टेडियम दे विच रंग बहारा गुलाब खिड़िया होया है कबड्डी का। कल नूं ओपन दे विच बड़े ही उच्च कोटि दे प्लेयर इत्थे पहुंच रहे ने। जीता फिर कबड्डी करदा होया नौजवान, लाल पट्टी दे विच चिट्टियां ने धारियां, कबड्डी दे विच मल्ला तुसीं पंजाबियां ने मारियां। फिर खिलाड़ियां ने बाहां ते रोक लो साहां, भई गट लो नगाहां, देखो कितने टच मारदा मां दे पुत्तो, सारा टब्बर ही पै जाणा जिवें काले कच्छ वाले नूं पैंदे आ। पॉइंट डबल टच ते फिर रेडर दे खाते दे विच। चल वे हिंदरी अगली रेड फिर पाउंदा होया। पंजाबी विरसा खेडां वाला ते खेड कबड्डी न्यारी, भई सत समुंदरों पारे पहुंची ते वेखे दुनिया सारी, जुस्से फलाद वर्गे बनाए ने गभरुआं ने ते करदे मेहनत भारी, नशियां नूं छड्ड मुंडिया तूं भी कर खेडण दी तैयारी, नशियां नूं छड्ड मुंडिया तूं भी कर खेडण दी तैयारी। लो उधर नौजवान ने फिर कोशिश की है, देखते हैं भी की बनता ते की जुड़दा, रेडर रहिंदा जां मुड़दा हुणे पता लग जाणा। 30 सकिंटां दा टाइम है पॉइंट रेडर दे खाते दे विच। नशा नशा की लाई सोहणियो की नशियां तों पौणा, नशा नशा की लाई सोहणियो की नशियां तों पौणा, मिट्टी दे विच मिट्टी कर दो थोड़ा सुंदर शरीर खड़ाउणा, मैं तां जे जा हैगा रहना पर थोनू ये समझाउणा, इस जवानी ने वार वार नहीं आउणा इस जवानी ने। लो जीते दी पैंदी हुई कबड्डी। कहिंदे पिंडां शहरां दे विच पोस्टर लगे ने, पढ़ के खिडारी मोगे शहर वल भजे ने। कोई कहिंदा उत्थे कुलदीप शर्मा भी आवेगा, दे के हल्ला शेरी कहिंदे जफ्फे लवावेगा,
करेगा कमेंट्री च गल्लां भी नहीं आ रही, दस दूगा टीमां जीतियां ते हारियां। लो जीते दी कबड्डी ते सामने नौजवान जाफी जफा लाने की कोशिश करता पर पॉइंट जिहड़ा रेडर दे खाते दे विच। कहिंदे सावण दे विच हुण मस्त गब्बरू मुटियारां ते मूर्त ने काली रात वेख के हो जांदे ने मस्त, चांद चढ़े उल्लू ते चोर तन्ने, चन्न चढ़िया चढ़ी जवानी कदे नहीं छुपदे हिक दा जोर तन्ने। लो इधरों बब्बू दी पैंदी हुई कबड्डी, सामने चार जाफी काली पट्टी वाला नौजवान अगे वध के फिर कोशिश करदा बई। कहिंदे कबड्डी पैंदी है जवानी खेंदी है, दिल फिर धक धक करदा जदों रेडर जाफी नूं फड़दा। पॉइंट रेडर दे खाते दे विच। लो भी जीते दी फिर पैंदी हुई कबड्डी। कहिंदे भी किताब तां हर इक नूं मिल जांदी है पर पढ़ना औखा है, किताब तां हर इक नूं मिल जांदी है पर पढ़ना औखा है, मंजिल भी हर इक नूं मिल सकदी है पर एक जगह ते खड़ना औखा है, धरती नूं जो छड्ड दिंदा आसमान च नहीं टिकदा चिर बाला, ते ना जग ते बनाउणा नहीं सुखाला, ना जग ते बनाउणा नहीं सुखाला। लो इधर नौजवान कोशिश करता पर पॉइंट जिहड़ा महरों दे खाते दे विच। चल सुणिया पा कबड्डी बई। अच्छे नौजवान नीली पट्टी के हिंदरी अगली कबड्डी के लिए मत्था टेकिया, मुंडे ने हाथ जोड़े, लगा रब नूं ते आउण लोको, मारो ताड़िया शेर नूं देवो हौसला ते धावी चलिया कबड्डियां पाउण लोको। पैंदी हुई कबड्डी सामने देखदे भी चार जाफी ने, किहड़ा नौजवान ने दी ढाके हिक ते बहिंदा, कम कार छड्ड मां दे पुत्तों सारा टब्बर ही पै गया जिवें 57 करनी हुंदी है। पॉइंट जिहड़ा फिर डबल टच दा रेडर दे खाते दे विच। चल भी सुनिया पा कबड्डी, इधर फिर नौजवान पाउंदा होया कबड्डी जीता, कम कार छड्ड के मैच देखण आउंदे ने दर्शक वीरां, कम कार छड्ड मैच देखण आउंदे ने, कौडियां दे माण विच ताड़ियां वजाउंदे ने, बैठदे ने देखदे ने मैच बैठ खड़ के, बोलदा कबड्डी दा जनून पंजाबियां दे सिर चढ़ के, बोलदा कबड्डी दा जनून कबड्डियां दे सिर चढ़ के। कई मौके दे ने, कई दूरों दूरों आए बैठे भुखे ते आए, वेख के खिडारियों के शरीर ना इन्हों को घाट रड़ के, बोलदा कबड्डी का जनून अज पंजाबियों के सिर चढ़ के। पंजाबियों के हरमन प्यारी खेड मां खेड है कबड्डी। 16 अप्रैल 1998 में रब ने भाणा बरताया, पिंड घड़ूए के लागे जा जैपसी नाल ट्रक टकराया, मारे गए भाई चैनिया, हरजीत ने आख्या जांदी बारी, थोनू चेते कर रोंदी है अज भी दुनिया सारी, थोनू चेते कर रोंदी है अज भी दुनिया सारी। लो इधर जीता फिर नौजवान पाउंदा होया कबड्डी। उस खिडारियों के जो साढ़े तो सदा लई चार विछड़ गए ने, कहिंदे जद भी कोई जगरावां तो कौंकियां तो जगरावां वल जावेगा उदों ही तलवार उसनूं चेते आवेगा, खेड भुलाया नहीं भुलनी इन्हां पहलवानां दी, रहिंदी दुनिया तक आउंदे रहोगे यार जवानां दी। कहिंदे कोल स्टेडियम बुत लगा हरजीत प्यारे दा, बख्शीश सिंह दे पुत्तर ते अरशां दे तारे दा, रहु चमकदी शख्शियत वईओ बाजा खाना दी, रिंगी दुनिया तक आउंदी रहो याद जबान दी। लो भी उधर गोरू ने जफा ला दिता, कहिंदे तारियां मार दे दर्शक वीर दे, पॉइंट जिहड़ा जाफी दे खाते दे विच। कहिंदे भी बच्चा बच्चा सेखे दा है बाजा मार रहा, केवल सिंह दा लोकां दे विच इन्ना प्यार रहा, सदा ही रहिंदी रहो सत इन्हां पहलवानां दी, रिंगी दुनिया तक आउंदी रहूगी याद जबाना दी। पंजाब दे ओ चार तरों तारे जो सदा लई विछड़ गए ने, उन्हां दीआं कातां इन्हां दे विचों पूरियां होणियां ने। इधर हिंदरी पाउंदा होया कबड्डी ते नौजवान अगे वध के कोशिश कीती फिर, हाँ टुट पैणे ने जलेबी मारी ते अख विच तेल पै गया, मिट्टी पै गई सी। चल वे सुणिया पा कबड्डी, पाणी पिया वीर पाणी। भाई कत्तर कली वाले वीर का भी धन्नवाद है, सवेर तो सेवा करदा पाणी वाले वीर का भी धन्नवाद, सारे ही प्रबंधक वीरां दा भी धन्नवाद, सूरत स्टूडियो वाले वीरां दा भी, इन्हां नूं भी हरेक विआह खुशी दे मौके ते याद रख्या करो। सूरत स्टूडियो वाले वीर इह तड़के ते बोले जाने आ भाई, एक फोटो नहीं खिंची इन्हां ने, ते जे आर्केस्ट्रा वाले लगे होण देवराज दी कुर्सी नूं नाल ही गुजर आउंदे आ। लो इधर जीते दी फिर पैंदी हुई कबड्डी, जीते दी पैंदी हुई कबड्डी ते सामने नौजवान फिर गोलू कोशिश करदा ते पॉइंट रेडर दे खाते दे विच। चल वी बब्बू सिंह पा कबड्डी, अगले मैच दे लई तुन्ने टीमां बारे वाला ते रौली, दोनों टीमां तैयार रहन बारे वाला ते रौली। बारे वाला ते रौली दीआं टीमां तैयार रहन। इधर बब्बू फिर नौजवान रेड कर रहा होया, जिहड़े
ਕੌਮ ਫਿਰ ਸਾਰਾ ਟੱਬਰ ਹੀ ਪੈ ਗਏ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਰੌਲੀ ਤੇ ਬਾਰੇ ਵਾਲਾ ਦੋਨੇ ਟੀਮਾਂ ਤਿਆਰ ਹੋ ਕੇ ਐਂਟਰੀ ਕਾਊਂਟਰ ਤੇ ਪਹੁੰਚ ਜਾਣ ਰੌਲੀ ਤੇ ਬਾਰੇ ਵਾਲਾ ਲਓ ਜੀਤਾ ਫਿਰ ਨੌਜਵਾਨ ਅਗਲੀ ਕਬੱਡੀ ਦੇ ਲਈ ਵਾਧਾ ਹੋਇਆ ਨੌਜਵਾਨ ਜੀਤਾ ਜੀਤੇ ਦੀ ਪੈਂਦੀ ਹੋਈ ਕਬੱਡੀ ਸਾਡਾ ਵਿਰਸਾ ਪੰਜਾਬ ਪਾਣੀਆਂ ਦਾ ਤੇ ਖੇਡ ਕਬੱਡੀ ਸਾਡੀ ਸ਼ਾਨ ਚੜ੍ਹਦੇ ਸੂਰਜ ਵਰਗਾ ਦੁੱਲਾ ਸੁਰਖਫਰੀਆ ਤੇ ਗੁਲਜ਼ਾਰੀ ਮੂਨਕਾਂ ਵਾਲਾ ਨਿਹਰਾ ਤੂਫਾਨ ਮੰਗਿਆਂ ਦੇ ਬੱਗੀ ਕੋਲੇ ਕਹਿੰਦੇ ਤਕਨੀਕ ਵਾਲੀ ਤੇ ਪੱਪੂ ਨੂੰ ਡੌਲਿਆਂ ਉੱਤੇ ਮਾਣ ਸਾਡਾ ਵਿਰਸਾ ਪੰਜਾਬ ਪਾਣੀਆਂ ਦਾ ਤੇ ਖੇਡ ਕਬੱਡੀ ਸਾਡੀ ਸ਼ਾਨ ਲਓ ਉਧਰ ਜੀਤੇ ਦੀ ਪੈਂਦੀ ਹੋਈ ਕਬੱਡੀ ਹਲਕਾ ਜਿਹਾ ਟੱਚ ਘੇਰਨ ਦੀ ਕੋਸ਼ਿਸ਼ ਅਪੀਲ ਕੀਤੀ ਤੇ ਪੁਆਇੰਟ ਰੇਡੋ ਦੇ ਖਾਤੇ ਦੇ ਵਿੱਚ ਦਵਿੰਦਰ ਹਿੰਦਰੀ ਅਗਲੀ ਕਬੱਡੀ ਫਿਰ ਹਰ ਇੱਕ ਖਿਡਾਰੀ ਸੋਚਦਾ ਵੀ ਮੈਂ ਵੀ ਇੱਕ ਦਿਨ ਸੁਪਰ ਸਟਾਰ ਬਣਾ ਰੱਬਾ ਇੱਕ ਦਿਨ ਮੈਂ ਵੀ ਸੁਪਰ ਸਟਾਰ ਬਣ ਜਾਵਾਂ ਕੁਲਜੀਤੇ ਸੁਖਬੀਰ ਦੇ ਵਾਂਗੂ ਰੇਡਾ ਪਾਵਾਂ ਸੁੱਖੇ ਪੰਡਾਲ ਤੇ ਬਿੱਟੂ ਦਗਾਲ ਦੇ ਵਾਂਗੂ ਇੱਕ ਦਿਨ ਮੈਂ ਵੀ ਜੱਫੇ ਲਾਵਾਂ ਡਬਲ ਟੱਚ ਤੇ ਪੁਆਇੰਟ ਜਿਹੜਾ ਰੇਡ ਦੇ ਖਾਤੇ ਦੇ ਵਿੱਚ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ ਪਿਆਰ ਵਿਖਾ ਕੇ ਲੁੱਟ ਲਾ ਜਾਣ ਸਾਡੀ ਅਰਬਾਂ ਖਰਬਾਂ ਦੀ ਹਾਂਜੀ ਸੰਘਾ ਸਾਹਿਬ ਪਹੁੰਚ ਚੁੱਕੇ ਨੇ ਪਰ ਪਹੁੰਚੇ ਬੜੇ ਲੇਟ ਆ ਫਿਰ ਤੜਕੇ ਦਾ ਇੰਤਜ਼ਾਰ ਕਰੀ ਜਾਂਦੇ ਸੀਗੇ ਜ਼ਿੰਮੇਵਾਰ ਸਾਡੇ ਬੰਦੇ ਆ ਪਰ ਪਹੁੰਚੇ ਲੇਟ ਆ ਕੋਈ ਗੱਲ ਨੀ ਜੀ ਆ ਫਿਰ ਵੀ ਧੰਨਵਾਦ ਕਰਦੇ ਪਹੁੰਚਣ ਤੇ ਟੂਰਨਾਮੈਂਟ ਕਮੇਟੀ ਦੇ ਬਹੁਤ ਬਹੁਤ ਧੰਨਵਾਦ ਜੀ ਲਓ ਵੀ ਜੀਤੇ ਦੀ ਫੇਰ ਪੈਂਦੀ ਹੋਈ ਕਬੱਡੀ ਕਹਿੰਦੇ ਹਰ ਇੱਕ ਮੁੰਡੇ ਤੇ ਜਵਾਨੀ ਪੂਰੀ ਹੈ ਕੱਲੇ ਕੱਲੇ ਇੱਕ ਇੱਕ ਚੁੰਬੀ ਬੂਰੀ ਹੈ ਸਰੋਂ ਜਿਹੇ ਕੱਦ ਦੌਲੇ ਨੇ ਫੈਲਾ ਦਿਆ ਖੇਡਣ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਤੇ ਖੇਡਦੇ ਕਬੱਡੀ ਮੁੰਡੇ ਮਾਂ ਦੇ ਪੁੱਤੋਂ ਸਾਰਾ ਟੱਬਰ ਹੀ ਪੈ ਜਾਂਦੇ ਆ ਇਹਦਾ ਉੱਧਰ ਵੀ ਉਹੀ ਕੰਮ ਹੋ ਜਾਂਦਾ ਨੈਸ਼ਨਲ ਸਟਾਈਲ ਹੀ ਬਣਾ ਦੀ ਇਹਨਾਂ ਨੇ ਤਾਂ ਬਾਈ ਲਓ ਉਧਰ ਬੱਬੂ ਫਿਰ ਨੌਜਵਾਨ ਰੇਡ ਕਰਦਾ ਵਾ ਸਿੱਧੂ ਤੇ ਪ੍ਰੀਤਾ ਦੇਵੀ ਦਿਆਲ ਵਰਗੇ ਦੁਨੀਆਂ ਤੇ ਵੱਖਰੀ ਮਿਸਾਲ ਕਰਕੇ ਤਾਰੀ ਪੱਪੀ ਲੱਖਾਂ ਫੁੱਲ ਨਹੀਂ ਗੁਲਾਬ ਦੇ ਖੇਡਣ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਤੇ ਖੇਡਦੇ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਲਓ ਬਈ ਜੱਸਾ ਫਿਰ ਅੱਗੇ ਵੱਧ ਕੇ ਕੋਸ਼ਿਸ਼ ਕੀਤੀ ਹੈ ਮਾਰ ਦਿਓ ਤਾਰਿਆਂ ਦੇ ਦਰਸ਼ਕ ਵੀਰੋ ਜੇ ਸਵਾਲ ਆਉਂਦਾ ਵਾਹ ਬੇਬਾ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਚੱਲ ਵੀ ਸੁਣਿਆ ਪਾ ਕਬੱਡੀ ਸੱਚੀ ਗੱਲ ਆਖਾਂ ਨਸ਼ੇ ਮਾੜੇ ਮਿੱਤਰੋ ਪਾਉਂਦੇ ਨੇ ਘਰਾਂ ਚ ਪਵਾੜੇ ਮਿੱਤਰੋ ਦੁੱਧ ਘਿਓ ਦੇ ਸ਼ੌਂਕੀ ਵੈਰੀ ਨੇ ਸ਼ਰਾਬ ਦੇ ਖੇਡਣ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਤੇ ਖੇਡਦੇ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਕਹਿੰਦੇ ਕਬੱਡੀ ਦੇ ਵਿੱਚ ਕਈਆਂ ਘਰਾਂ ਦੀ ਗਰੀਬੀ ਦੂਰ ਕਰ ਦਿੱਤੀ ਕਬੱਡੀ ਨੇ ਕਹਿੰਦੇ ਕਿਤੇ ਬੁਲਟ ਤੇ ਕਦੇ ਸਫਾਰੀ ਨਾਲੇ ਘੁੰਮਦੇ ਦੁਨੀਆਂ ਸਾਰੀ ਕਦੇ ਬੁਲਟ ਤੇ ਕਦੇ ਸਫਾਰੀ ਨਾਲੇ ਘੁੰਮਦੇ ਦੁਨੀਆਂ ਸਾਰੀ ਜਿਨ੍ਹਾਂ ਨੇ ਦਿੱਲੀ ਜਾਣ ਬਾਰੇ ਕਦੇ ਸੋਚਿਆ ਨਹੀਂ ਸੀ ਉਹਨਾਂ ਦੇ ਕੈਨੇਡਾ ਵਿੱਚ ਲਵਾ ਦਿੱਤੇ ਟੂਰ ਤੋਂ ਵਾਹ ਨੀ ਕਬੱਡੀਏ ਕਈਆਂ ਘਰਾਂ ਦੇ ਘਰ ਦੀ ਗਰੀਬੀ ਦੂਰ ਤੋਂ ਵਾਹ ਨੀ ਕਬੱਡੀਏ ਕਈਆਂ ਘਰਾਂ ਦੇ ਕਰ ਦਿੱਤੀ ਗਰੀਬੀ ਦੂਰ ਤੋਂ ਲਓ ਇੱਧਰ ਨੌਜਵਾਨ ਫਿਰ ਜੀਤਾ ਤੇ ਉੱਧਰ ਵੀ ਕੰਮ ਪੂਰੇ ਹਿਸਾਬ ਨਾਲ ਕੀਤਾ ਰਾ ਦੀ ਆ ਫੱਕੀ ਇੱਕ ਲੱਤ ਚੱਕੀ ਦੂਜੀ ਰੱਖੀ ਲਓ ਇੱਧਰ ਹਿੰਦਰੀ ਅਗਲੀ ਰੇਡ ਦੇ ਲਈ ਕਹਿੰਦੇ ਵੀ ਜਿੱਥੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸ ਧਰਤੀ ਦੀ ਵਿੱਕ ਵਿੱਚ ਮੈਂ ਜੰਮਿਆ ਜਿੱਥੇ ਉਗਦੀ ਹੈ ਸੋਨਾ ਜ਼ਮੀਨ ਜੱਟੀਏ ਨਹੀਂ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ ਉਹ ਜੱਸਾ ਕਹਿੰਦੇ ਫੇਰ ਅੱਗੇ ਵੱਧ ਕੇ ਕੋਸ਼ਿਸ਼ ਕੀਤੀ ਹੈ ਦੇਖਦੇ ਹਾਂ ਬਈ ਕੀ ਬਣਦਾ ਤੇ ਕੀ ਜੁੜਦਾ ਰੇਡਰ ਰਹਿੰਦਾ ਜਾਂ ਮੁੜਦਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਲਿਆ ਬਈ ਜੀਤਾ ਅਗਲੀਆਂ ਟੀਮਾਂ ਦੋਨੋਂ ਆ ਜਾਓ ਬਾਈ ਜੀ ਅਗਲੀ ਕਮੈਂਟਰੀ ਮੇਰਾ ਬਈ ਬਾਰੇ ਵਾਲਾ ਵੀਰ ਕਰੇਗਾ ਦੋਨੇ ਹੀ ਟੀਮਾਂ ਰੌਲੀ ਤੇ ਬਾਰੇ ਵਾਲਾ ਦੋਨੇ ਟੀਮਾਂ ਇੱਕ ਮਿੰਟ ਦੇ ਵਿੱਚ ਆ ਜਾਣ ਦੋ ਗੱਲਾਂ ਕਰਨੀਆਂ ਵੀਰ ਜੀ ਮੈਂ ਉਹ ਅੱਜ ਵਿਸਾਖੀ ਹੈ ਨਾ ਸ਼ਾਮ ਨੂੰ ਕਹੀਆਂ ਨੇ ਪੈਗ ਪੁੱਗ ਵੀ ਲਾਉਣੇ ਆ ਮੱਖਣ ਬਰਾੜ ਦੀਆਂ ਦੋ ਰਹੀਆਂ ਗੱਲਾਂ ਕਹਿੰਦੇ ਪੀਤੀ ਮੈਂ ਯਾਰਾ ਇੱਕ ਦਿਨ ਹਾਤੇ ਵਿੱਚ ਲਿਖ ਕੇ ਬਹਿ ਕੇ ਪੀਤੀ ਪੀਤੀ ਮੈਂ ਯਾਰਾ ਇੱਕ ਦਿਨ ਹਾਤੇ ਵਿੱਚ ਬਹਿ ਕੇ ਪੀਤੀ ਕਿਸੇ ਨੇ ਮੂਹਰੇ ਪਗਵਾ ਰੱਖਿਆ ਕਿਸੇ ਦੇ ਮੂਹਰੇ ਆਧਿਆ ਸਭ ਧਰਮਾਂ ਦੇ ਬੰਦੇ ਉੱਥੇ ਲੱਗੀ ਗੱਲ ਮੈਨੂੰ ਵਧੀਆ ਹੈਲੋ ਜੀਤੇ 100 ਰੁਪਇਆ ਮਹਿਰੋ ਵਾਲਾ ਜੀਤਾ ਸਟੇਜ ਤੋਂ ਅੱਗ ਲੈ ਜੇ ਇਸ ਮੈਚ ਦੇ ਸਰਦਾਰ ਰੂਪ ਸਿੰਘ ਦੀ ਸਰਪੰਚ ਸਾਹਿਬ ਵੱਲੋਂ ਵੱਡਾ ਮਾਣ ਪਹੁੰਚਿਆ ਜੀ ਸਕੋਰ ਦੇ ਬਹੁਤ ਮਿਹਰਬਾਨੀ ਬਾਈ ਸ਼ਿੰਦੇ ਸਕੋਰ ਜਿੱਤੋ ਆ ਮੈਂ ਫਿਰ ਕੱਲ ਨੂੰ ਗੱਲ ਕਰਾਂਗੇ ਮੈਨੂੰ ਲੱਗਦਾ ਯਾਰ ਠੰਡਾ ਪੈ ਗਿਆ ਕੰਮ
ਹੈਲੋ सामने मैच जो स्टार्ट होने जा लग्या बारे बाला बरस जी रौली दीआं टीमां दे विचकार उधर शमशान घाट वाली सीट टीम पुज गई बारे बारे पिंड दी इधर रौली दी टीम स्टेज वाली साइड दर्शक वीर नोट करन बारे बाला पिंड दी टीम पुज गई शमशान घाट वाली साइड ते इधर रौली दी टीम पुजी स्टेज वाली साइड पहली कबड्डी कौन पावेगा कि चिक पिंड है इस नौजवान का जिथे मक्कन चिड़िक का ना चलता ग्राउंडा दे विच पहली कबड्डी लब्भा चिड़िक पिंड का पाउण लई वाधा होया चार जापी बारे वाले पिंड दे इक कनी ते मोनू बारे वाले पिंड का दूजी कनी ते बिट्टू के मोनू बारे वाले पिंड का कहिंदे विशेष सन्मान कीता जाणा गुरनैल सिंह जी संधू वालों उत्ते फीके बारे वाले पिंड का भी अज विशेष सन्मान कीता जाणा गुरनैल सिंह जी संधू मोगा वाले जो कि विशेष तौर पर सम्मान करेंगे फीका बारे वाला जो कि टीम का रेडर आ मोनू बारे वाला जो कि जापी है सामने नौजवान बारे वाले पिंड का रेड पाने वाधा होया चार जापी रौली पिंड के बंब का ना चलता ग्राउंडा के माणू कहिंदा बूटा जुरत नाल खेडदा कोई नहीं भज सकता एकम की लत लाई तो माणू कहिंदे बूटे ने जित लिया घोड़ा कोट भाई तो माणू कहिंदा भीम ग्राउंडा विच गजदा समाध दे गुरमिंते नूं फड़दा कोई जापी चजदा माणू कहिंदा जीवन ग्राउंडा की शान है देखदा जमाना खड़ खड़ बई बारे बाले आ जो जिंद जाल नाल खेड़ दे उन्हां दी गुड्डी जांदी चढ़ बई उन्हां दी गुड्डी जांदी चढ़ बई सामने लब्भा चिड़क पिंड दा रेड़ पाउण लई वाधा होया चार जापी बारे वाले पिंड दे जिथे सवरने का ना चलता ग्राउंडा के उधर आजाद क्लब घर कला ने मेन स्पोंसर टोना बारे वाला प्रमोटर की दुनिया विचों एक ने सामने नौजवान ने मूंह के नाल कीता हल्का जिहा टच ते नौजवान तेज तरह भज्जिया आउंदा पॉइंट लब्भा चिड़क पिंड दा रौली टीम के हिस्से जोड़ता होया कहिंदे इस नौजवान भी चिड़क के मेले के उत्ते अपाची मोटरसाइकिल नाल मान सम्मान मिले लब्भा चिड़क पिंड दा सामने फीका बारे वाले पिंड का रेड पाने वाधा होया चार जापी रौली पिंड दे कहिंदे कौन नौजवान लाऊ तकड़ा जापा ते पॉइंट अपनी टीम दे हिस्से जोड़ू कुछ पाउण लई कुछ खोना पैंदा है उच्चे होण लई नीवे होना पैंदा है सौखा दुनिया ते ना बनाया नहीं जांदा मन चाही चीज नूं छेती पाया नहीं जांदा फिर ये दुनिया हुंदी फैन सारी ए बारे बाले दा कीता कहे फिर बंदा बनदा खिडारी ए बारे बाले दा कीता कहे फिर बंदा बनता खिडारी है सामने नौजवान कर हल्का जहा टच पॉइंट रौली की टीम के हिस्से जोड़ता होया अंक रौली की टीम के हिस्से जोड़ता होया सामने नौजवान फीका बारे वाले पिंड का सेवक बारे वाले पिंड का नौजवान रेड पाने वाधा होया चार जाफी रौली पिंड दे कौन लाऊ तगड़ा जफा यह समय की बात होगी माणू कहिंदा बूटा जुरत नाल खेडदा आउंदा ए स्वाद जीवन दी कली कली रोड़दा पाले ते एकम दी कोई कन्नी नहीं चढ़दा सीरा पिथो वाला ग्राउंडा विच कमाल करदा भीउं दी वी खेड बड़ी प्यारी मित्रो बारे वाला कीता कहिंदा जो जिंद नाल खेड़ दे ओ बन जांदे ने स्टार खिडारी मित्रो ओ बन जांदे ने स्टार खिडारी मित्रो सामने नौजवान लब्भा चिड़क पिंड दा रेड पाउण लई वाधा होया चार जाफी बारे वाले पिंड दे इक कन्नी ते मोनू बारे वाले पिंड दा एक कनी देर बिट्टू दो नंबर ते अरजीत ते हरमेर बारे वाले पिंड दा लाऊ तगड़ा जप्पा यह समय की बात होगी समा ते समुंदर दियां लहरां किसे दा इंतजार नहीं करते के सी परमिंदर फिड्डा घोड़ा लम्मी पारी दा नाल ड्रमे खेडे काका कारी सारी दा लखां दी गल करदा लखा गाजीपुर दा जी खाली हथ गुरलाल करे ना पिछे मुड़दा जी
ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਸਾਹਮਣੇ ਠੀਕਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਕੱਲ ਹਲਕਾ ਜਿਹਾ ਟੱਚ ਠੀਕਾ ਨੌਜਵਾਨ ਭੱਜਿਆ ਜਾਂਦਾ ਪੁਆਇੰਟ ਬਾਰੇਵਾਲ ਦੀ ਟੀਮ ਦੇ ਇਸ ਜੋੜ ਦਾ ਨੌਜਵਾਨ ਜੋੜੂ ਪਰ ਆਲਮ ਵਾਲੇ ਪਿੰਡ ਦਾ ਅਜਮੇਰ ਫੈਸਲਾ ਕਰਦਾ ਕਿ ਪੁਆਇੰਟ ਬਾਰੇਵਾਲ ਦੀ ਟੀਮ ਦੇ ਇਸ ਜੁੜਦਾ ਹੋਇਆ ਸਾਹਮਣੇ ਨੌਜਵਾਨ ਰੌਲੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਉੱਥੇ ਕਹਿੰਦੇ ਨਛੱਤਰ ਢਾਂਡੀ ਦੀਆਂ ਗੱਲਾਂ ਚੱਲਦੀਆਂ ਸੀ ਗਰਾਊਂਡਾਂ ਦੇ ਵਿੱਚ ਆਪਣੇ ਸਮੇਂ ਦਾ ਮਸ਼ਹੂਰ ਪਲੇਅਰ ਰਿਹਾ ਉੱਧਰ ਨੌਜਵਾਨ ਮੋਹਲੂ ਦੇ ਨਾਲ ਹੋਇਆ ਮੁਕਾਬਲਾ ਪਰ ਪੁਆਇੰਟ ਰੌਲੀ ਪਿੰਡ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਹਾਂਜੀ ਸ਼ਰਧਾ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਵੀ ਕੱਲ੍ਹ ਨੂੰ ਠੀਕ 9 ਵਜੇ ਜਿਹੜੇ ਮੈਚ ਸਟਾਰਟ ਹੋ ਜਾਣਗੇ ਅਤੇ ਜਿੱਥੇ ਪੰਜਾਬ ਦੇ ਗੱਭਰੂਆਂ ਦੀ ਆਪਾਂ ਕਬੱਡੀ ਦੇਖਾਂਗੇ ਉੱਥੇ ਪੰਜਾਬ ਦੀਆਂ ਮੁਟਿਆਰਾਂ ਇਸ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਖੇਡ ਦਾ ਮਜ਼ਾ ਕਰਨਗੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਕਰਾਇਆ ਜਾਵੇਗਾ ਅਤੇ ਨਾਲ ਹੀ 40 ਸਾਲ ਤੋਂ ਉੱਪਰ ਵਾਲੇ ਗੱਭਰੂਆਂ ਦਾ ਜਿਹੜਾ ਸ਼ੋਅ ਮੈਚ ਹੋਵੇਗਾ ਸੋ ਆਪਾਂ ਉਹਦਾ ਵੀ ਆਨੰਦ ਮਾਣਾਂਗੇ ਔਰ ਕਬੱਡੀ ਓਪਨ ਦੇ ਵਿੱਚ ਦੁਨੀਆਂ ਦੇ ਪੂਰੇ ਸਟਾਰ ਖਿਡਾਰੀ ਜਿਨ੍ਹਾਂ ਨੇ ਇੰਗਲੈਂਡ ਕੈਨੇਡਾ ਅਮਰੀਕਾ ਵੱਖ ਵੱਖ ਮੁਲਕਾਂ ਵਿੱਚ ਆਪਣੀ ਖੇਡ ਦਾ ਮਜ਼ਾਰਾ ਕੀਤਾ ਹੈ ਉਹ ਖਿਡਾਰੀ ਆਪਣੇ ਦਰਮਿਆਨ ਕੱਲ੍ਹ ਨੂੰ ਪਹੁੰਚਣਗੇ ਸੋ ਕੱਲ੍ਹ ਨੂੰ ਠੀਕ ਹੈ 9 ਵਜੇ ਸਿੱਧਾ ਆਪਾਂ ਫਿਰ ਗਰਾਊਂਡ ਨਾਲ ਜੁੜ ਜਾਣਾ ਔਰ ਇੱਕ ਵਾਰੀ ਫਿਰ ਦਰਸ਼ਕ ਵੀ ਜਾਣਕਾਰੀ ਦੱਸਦਿਆਂ ਵੀ ਕੱਲ੍ਹ ਨੂੰ ਜਿੱਥੇ ਨੌਜਵਾਨਾਂ ਦੀ ਤਾਂ ਕਬੱਡੀ ਦੇਖਾਂਗੇ ਉੱਥੇ ਪੰਜਾਬ ਦੀਆਂ ਸ਼ੇਰ ਬੱਚੀਆਂ ਮੁਟਿਆਰਾਂ ਦਾ ਵੀ ਮੁਕਾਬਲੇ ਹੋਣਗੇ ਇਸ ਖੇਡ ਦੇ ਮੈਦਾਨ ਵਿੱਚ ਆਪਾਂ ਉਹਨਾਂ ਦਾ ਵੀ ਆਨੰਦ ਮਾਣਾਂਗੇ ਕੱਲ੍ਹ ਨੂੰ ਮੇਰੀ ਬੇਨਤੀ ਹੈ ਬੀਬੀਆਂ ਭੈਣਾਂ ਨੂੰ ਵੀ ਤੁਸੀਂ ਟਾਈਮ ਨਾਲ ਪਹੁੰਚ ਜਾਣਾ ਤਕਰੀਬਨ 1:30 ਵਜੇ ਜਿਹੜਾ ਕੁੜੀਆਂ ਦਾ ਸ਼ੋਅ ਮੈਚ ਕਰਾਇਆ ਜਾਏਗਾ 2 ਵਜੇ ਦੇ ਕਰੀਬ ਜਿਹੜੀ 1:30 ਵਜੇ 2 ਦੇ ਕਰੀਬ ਆਪਾਂ ਅੰਦਰ ਅੰਦਰ ਆਪਾਂ ਮੈਚ ਕਰਾ ਦੇਣਾ ਲੜਕੀਆਂ ਦਾ ਚਰਨ ਸਿੰਘ ਗੋਦੇ ਵਾਲੇ ਤੋਂ ਸਾਡੇ ਦਰਮਿਆਨ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਸੀ ਪਹੁੰਚਣ ਤੇ ਅਕਾਲ ਸਰ ਯੂਥ ਕਲੱਬ ਵੱਲੋਂ ਗੁਰਚਰਨ ਸਿੰਘ ਜੀ ਗੋਦੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਵੱਡਾ ਸਹਿਯੋਗ ਹੈ ਗੋਦੇ ਵਾਲੇ ਨਗਰ ਦਾ ਸਾਡੇ ਨਾਲ ਪਹਿਲਾਂ ਵੀ ਪ੍ਰਧਾਨ ਸਾਹਿਬ ਦੱਸ ਕੇ ਹਟੇ ਨੇ ਵੀ ਜਦੋਂ ਅਸੀਂ ਗਏ ਸੀਗੇ ਸਾਰਿਆਂ ਨੇ ਸਾਡਾ ਪੂਰਾ ਸਤਿਕਾਰ ਤੇ ਪੂਰੀ ਮਾਇਆ ਦੇਖ ਕੇ ਸਾਨੂੰ ਨਵਾਜਿਆ ਹੈ ਅੱਗੇ ਤੋਂ ਵੀ ਅਸੀਂ ਆਸ ਕਰਦੇ ਇਸ ਗੋਦੇ ਵਾਲਾ ਨਗਰ ਦਾ ਨਗਰ ਤੋਂ ਵੀ ਵੱਡਾ ਸਹਿਯੋਗ ਦੇਣਗੇ ਔਰ ਮੈਂ ਇੱਕ ਵਾਰ ਫਿਰ ਦੱਸਦਾ ਵੀ ਕੱਲ੍ਹ ਨੂੰ ਵੀ ਆਪਾਂ ਠੀਕ 9 ਵਜੇ ਇਸ ਕਬੱਡੀ ਦੇ ਗਰਾਊਂਡ ਨਾਲ ਜੁੜ ਜਾਣਾ ਤੇ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਨਜ਼ਾਰਾ ਦੇਖਾਂਗੇ ਅਗਲੀ ਗੱਲ ਕੀ ਜੀ ਸਾਹਮਣੇ ਨੌਜਵਾਨ ਲੱਭਾ ਚਰਿਕ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਉਧਰ ਸਵਰਨੇ ਬਾਰੇ ਵਾਲੇ ਦਾ ਭਤੀਜਾ ਕਹਿੰਦੇ ਡੱਕ ਪਾਓ ਰੱਖ ਪਾਓ ਇਹ ਸਮੇਂ ਦੀ ਬਾਤ ਹੋਵੇਗੀ ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ 4 ਜਾਫੀ ਰੌਲਾ ਪਿੰਡ ਦੇ ਕਿ ਕਿਤੇ ਪੰਜਾਬੀ ਨੇ ਸੋਚਿਆ ਨਹੀਂ ਹੋਣਾ ਇਸ ਕਬੱਡੀ ਦੇ ਵੀ ਚੰਗੇ ਦਿਨ ਆਉਣਗੇ ਜੀ ਇਸ ਦਾ ਮੁੱਲ ਕਰੋੜਾਂ ਵਿੱਚ ਹੋਜੂ ਤੇ ਟੀਵੀ ਚੈਨਲਾਂ ਦੇ ਲੋਕ ਦਿਖਾਉਣਗੇ ਜੀ ਭਦੌੜ ਵਾਲਿਆਂ ਪੰਜਾਬੀਆਂ ਨੇ ਜਿੱਦ ਫੜ ਲਈ ਕ੍ਰਿਕਟ ਦੇ ਬਰਾਬਰ ਕਬੱਡੀ ਨੂੰ ਬਿਠਾਉਣਗੇ ਜੀ ਭਦੌੜ ਵਾਲਿਆਂ ਪੰਜਾਬੀਆਂ ਨੇ ਜਿੱਦ ਫੜ ਲਈ ਕ੍ਰਿਕਟ ਦੇ ਬਰਾਬਰ ਕਬੱਡੀ ਨੂੰ ਬਿਠਾਉਣਗੇ ਜੀ ਸਾਹਮਣੇ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਰੌਲੀ ਪਿੰਡ ਦੇ ਟੀਮ ਦੇ ਹਿੱਸੇ ਜੁੜਦਾ ਹੋਇਆ ਸਾਹਮਣੇ ਨੌਜਵਾਨ ਰੌਲੀ ਪਿੰਡ ਦਾ ਨੀਲੀ ਪੱਟੀ ਵਿੱਚ ਰੇਡ ਪਾਉਣ ਲਈ ਵਾਧਾ ਹੋਇਆ 4 ਜਾਫੀ ਬਾਰੇ ਵਾਲੇ ਪਿੰਡ ਦੇ ਕੌਣ ਲਾਊ ਤਕੜਾ ਜੱਫਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ ਇਹ ਸਮੇਂ ਦੀਆਂ ਬਾਤਾਂ ਹੋ ਰਹੀਆਂ ਕਿ ਦੁੱਲੇ ਜੱਗੇ ਨਾਲ ਤਾਂ ਸਾਡੀ ਜੰਮਦਿਆ ਸਾਰ ਸਕੀਰੀ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਵਾਧੀ ਜਾਏ ਪਨੀਰੀ ਅਣਖ ਮਿਲੀ ਸਾਨੂੰ ਗੁਰਤੀ ਦੇ ਵਿੱਚ ਜੋ ਨਾ ਕਿਸੇ ਤੋਂ ਹਰਨੀ ਰੀਸ ਪੰਜਾਬੀਆਂ ਦੀ ਕੀ ਦੁਨੀਆਂ ਨੇ ਕਰਨੀ ਰੀਸ ਪੰਜਾਬੀਆਂ ਦੀ ਕੀ ਦੁਨੀਆਂ ਨੇ ਕਰਨੀ ਸਾਹਮਣੇ ਨੌਜਵਾਨ ਰੌਲੀ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਹਮਣੇ ਨੌਜਵਾਨ ਠੀਕਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਕਹਿੰਦੇ ਜਿਸੇ ਵਿਸ਼ੇਸ਼ ਮਾਣ ਸਨਮਾਨ ਗੁਰਨੈਲ ਸਿੰਘ ਜੀ ਸੰਧੂ ਵੱਲੋਂ ਕੀਤਾ ਜਾਣਾ ਠੀਕੇ ਬਾਰੇ ਵਾਲੇ ਦਾ ਉਧਰ ਨੌਜਵਾਨ ਰੇਡ ਪਾਉਣ ਲਈ ਵਾਧਾ ਹੋਇਆ 4 ਜਾਫੀ ਰੌਲੀ ਪਿੰਡ ਦੇ ਕਿ ਮਾਣੂਕਿਆਂ ਦਾ ਬੂਟਾ ਬਣ ਗਿਆ ਏ ਸਟਾਰ ਜੀ ਜੀਵਨ ਨੂੰ ਕਰਦੇ ਲੋਕੀ ਬੜਾ ਹੀ ਪਿਆਰ ਜੀ ਹਰ ਪਾਸੇ ਹੁਣ ਉਹਨਾਂ ਦੀ ਹੈ ਝੰਡੀ ਜੀ ਜਿੱਤ ਲਿਆ ਨੁਕਰਾ ਘੋੜਾ ਮਿਲ ਜਾਊ ਗੱਡੀ ਜੀ ਮਿਹਨਤ ਜੋ ਕਰਦੇ ਉਹ ਕੁਝ ਪਾ ਹੀ ਜਾਂਦੇ ਨੇ ਬਾਰੇ ਵਾਲੇ ਕੀਤੇ ਨਾ ਚਮਕਾਈ ਜਾਂਦੇ ਨੇ ਬਾਰੇ ਵਾਲੇ ਕੀਤੇ ਨਾ ਚਮਕਾਈ ਜਾਂਦੇ ਨੇ ਸਾਹਮਣੇ ਚੜਿੱਕ ਪਿੰਡ ਦਾ ਲੱਭਾ ਰੇਡ ਪਾਉਣ ਲਈ ਵਾਧਾ ਹੋਇਆ ਕਹਿੰਦੇ ਚੜਿੱਕ ਦੀ ਧਰਤੀ ਤੇ
इस नौजवान पाची मोटरसाइकिल दिता गया। उस दिन मोनू के नाल होया मुकाबला, लब्बा पॉइंट अपनी टीम के हिस्से जोड़ू, यह समय की बात होगी। सामने नौजवान लब्बा चिड़क पिंड का पॉइंट रौली की टीम के हिस्से जोड़ता होया, लखा जिहा पॉइंट रौली की टीम के हिस्से जोड़ता होया। सामने ठीका बारे वाले पिंड का रेड़ पाउण लई वाधा होया, चार जापी रौली पिंड दे कौर लाऊ तकड़ा जापा। यह समय दीआं बातां होणगीआं, समां ते समुंदर किसे दा इंतजार नहीं करदे। कि खेडणी होवे कबड्डी दुद्ध डेरी ही नहीं पाई दा, ਉਹ ਮਾਗ ਵਿੱਚ ਛੱਡਣਾ ਪੈਂਦਾ ਨਿੱਘ ਰਜਾਈ ਦਾ, ਜੇਠ ਹਾਰ ਦੀ ਸਹਿਣੀ ਪੈਂਦੀ ਮਾਰ ਮਿੱਤਰੋ। ਸੌਖਾ ਬਣਨਾ ਨੀ ਕਬੱਡੀ ਦਾ ਸਟਾਰ ਮਿੱਤਰੋ, ਸੌਖਾ ਬਣਨਾ ਨੀ ਕਬੱਡੀ ਦਾ ਸਟਾਰ ਮਿੱਤਰੋ। ਸਾਹਮਣੇ ਚੜਿੱਕ ਪਿੰਡ ਦਾ ਲੱਭਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਪੀ ਬਾਰੇ ਵਾਲੇ ਪਿੰਡ ਦੇ ਕਿ ਨਾਲੇ ਬੁਲਟ ਮਿਲੂ ਨਾਲੇ ਸਪਾਰੀ, ਨਾ ਲੋਪੋ ਵਾਲਾ ਤੇਰਾ ਬੋਲੂ ਬਾਰੀ ਬਾਰੀ, ਜਿਹੜਾ ਕਹਿੰਦਾ ਸੱਚੀ ਗੱਲ ਵੀ ਮੁੰਡਿਆ ਸੜ ਨਸ਼ਿਆਂ ਦਾ ਖਹਿੜਾ, ਆ ਜਾ ਕੌਡੀ ਵੱਲ ਵੀ ਮੁੰਡਿਆ ਸੱਟ ਨਸ਼ਿਆਂ ਦਾ ਖਹਿੜਾ, ਆ ਜਾ ਕਬੱਡੀ ਵੱਲ ਵੀ। ਸਾਹਮਣੇ ਨੌਜਵਾਨ ਨੇ ਖੁੱਚ ਪੱਟਣ ਦੀ ਕੀਤੀ ਕੋਸ਼ਿਸ਼ ਤੇ ਲਾ ਤਗੜਾ ਜੱਪਾ ਰਜੀਤ ਬਾਰੇ ਵਾਲੇ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਉਧਰ ਧੰਨਵਾਦ ਕਰਦੇ ਹਾਂ ਸਾਰੇ ਦਰਸ਼ਕ ਵੀਰ, ਪੂਰੀ ਪ੍ਰਬੰਧਕ ਕਮੇਟੀ ਜੋ ਇਹਨਾਂ ਮੈਚਾਂ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਨੇ, ਤੇ ਨਿਰਮਲ ਸਿੰਘ ਜੀ ਲੰਗੇ ਵਾਲਾ ਅੰਤਰਰਾਸ਼ਟਰੀ ਕਮੈਂਟੇਟਰ, ਬੂਟਾ ਖਾਨ ਆਲਮ ਵਾਲਾ ਤੇ ਸਿੰਘਾਂ ਵਾਲੇ ਪੁੱਜੇ ਸ਼ਰਮਾ ਜੀ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਰੇ ਕਮੈਂਟੇਟਰ ਵੀਰਾਂ ਦਾ ਤੇ ਪੁੱਜੇ ਦਰਸ਼ਕ ਵੀਰਾਂ ਦਾ ਤੇ ਜਿੰਨੇ ਕਬੱਡੀ ਪਲੇਅਰ ਪੁੱਜੇ ਨੇ। ਉਧਰ ਨੌਜਵਾਨ ਨੇ ਖੁੱਚ ਪੱਟਣ ਦੀ ਕੀਤੀ ਕੋਸ਼ਿਸ਼, ਪਰ ਬਾਰੇ ਵਾਲੇ ਦਾ ਧਾਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਾਹਮਣੇ ਨੌਜਵਾਨ ਰੌਲੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਪੀ ਬਾਰੇ ਵਾਲੇ ਪਿੰਡ ਦੇ ਕੌਣ ਲਾਊ ਤਕੜਾ ਸਵਰਨੇ ਬਾਰੇ ਵਾਲੇ ਦੇ ਵਾਂਗੂ। ਇਹ ਸਮੇਂ ਦੀ ਬਾਤ ਹੋਵੇਗੀ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸ ਦੇ ਵਿੱਚ ਹੀ ਵੱਸਦੀ ਲੋਕੋ ਜਾਣ ਪੰਜਾਬੀਆਂ ਦੀ, ਵਿੱਚ ਮੈਦਾਨੇ ਭਿੰਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸੇਰਾਂ ਦਾ। ਬਾਰੇ ਵਾਲੇ ਸਵਰਨੇ ਦਾ ਭਤੀਜਾ ਲਾ ਤਗੜਾ ਜੱਪਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਾਹਮਣੇ ਫੀਕਾ ਬਾਰੇ ਵਾਲੇ ਪਿੰਡ ਦਾ, ਜਿੱਥੇ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਣਾ ਜਾਪੀ ਮੋਨੂ ਬਾਰੇ ਵਾਲੇ ਪਿੰਡ ਦਾ ਤੇ ਫੀਕਾ ਬਾਰੇ ਵਾਲੇ ਪਿੰਡ ਦਾ ਜੋ ਧਾਵੀ ਬਤੌਰ ਖੇਡਦਾ ਗੁਰਨੈਬ ਸਿੰਘ ਜੀ ਸੰਧੂ, ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤੇ ਜਾਣੇ ਨੇ। ਸਾਹਮਣੇ ਫੀਕਾ ਰੇਡ ਪਾਉਣ ਲਈ ਵਾਧਾ ਹੋਇਆ। ਉੱਧਰ ਨੌਜਵਾਨ ਨੇ ਖੁੱਚ ਪੱਟੀ ਤੇ ਖੁੱਚ ਪੱਟਣੀ ਕਬੱਡੀ ਵਿੱਚ ਲਾਉਣੀ ਔਖੀ ਵਾਲੀ ਢਾਕ ਮਿੱਤਰੋ ਦਾ, ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ, ਖਾ ਕੇ ਖੁਰਾਕ ਮਿੱਤਰੋ। ਸਾਹਮਣੇ ਰੌਲੀ ਪਿੰਡ, ਹਾਂਜੀ ਸਾਹਮਣੇ ਨੌਜਵਾਨ ਲੱਭਾ ਚੜਿੱਕ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਪੀ ਬਾਰੇ ਵਾਲੇ ਪਿੰਡ ਦੇ ਕੌਣ ਨੌਜਵਾਨ ਲਾਊ ਤਗੜਾ ਜੱਪਾ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜੂ। ਇਹ ਸਮੇਂ ਦੀਆਂ ਬਾਤਾਂ ਹੋ ਰਹੀਆਂ, ਸਮਾਂ ਦੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਕਿ ਮਾਣੋ ਕਹਿੰਦਾ ਜੀਵਨ ਮੇਲਿਆਂ ਦੀ ਸ਼ਾਨ ਹੈ, ਟੋਨੇ ਬਾਰੇ ਬਾਲੇ ਨੂੰ ਜੀਹਦੇ ਉੱਤੇ ਮਾਣ ਹੈ, ਛੋਟੀ ਜਿਹੀ ਉਮਰ ਤੇ ਪਤਲਾ ਸਰੀਰ ਬਈ ਇੰਜ ਜਾਂਦਾ ਜਿਵੇਂ ਨਿਕਲਦਾ ਤੀਰ ਬਈ, ਬਾਰੇ ਬਾਲੇ ਕੀਤੇ ਅਨਮੋਲ ਹੀਰੇ ਨੇ, ਦੁਨੀਆ ਛੁਦਾਈ ਕੀਤੀ ਪਿੱਥੋਂ ਵਾਲੇ ਸ਼ੀਰੇ ਨੇ, ਦੁਨੀਆ ਛੁਦਾਈ ਕੀਤੀ ਪਿੱਥੋਂ ਵਾਲੇ ਸ਼ੀਰੇ ਨੇ। ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਸੇਵਕ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਪੀ ਰੌਲੀ ਪਿੰਡ ਦੇ ਕਿ ਭਿੰਦਰਾ ਸੱਚੀਆਂ ਗੱਲਾਂ ਘੋੜੀਏ ਵਾਲਾ ਭਿੰਦਰ ਕਹਿੰਦਾ ਏ, ਜੋ ਸਖ਼ਤ ਮਿਹਨਤਾਂ ਕਰਦਾ ਉਹ ਕੁਝ ਪਾ ਹੀ ਲੈਂਦਾ ਏ, ਰੋਕਿਆ ਨਾ ਰੁਕਣਾ ਏ ਟੌਰ ਨਵਾਬੀਆਂ ਨੇ, ਕੌਡੀ ਕੌਡੀ ਕਰਦੇ ਰਹਿਣਾ ਭਿੰਦਰਾ ਪੁੱਤ ਪੰਜਾਬੀਆਂ ਨੇ, ਕੌਡੀ ਕੌਡੀ ਕਰਦੇ ਰਹਿਣਾ ਭਿੰਦਰਾ ਪੁੱਤ ਪੰਜਾਬੀਆਂ ਨੇ। ਉੱਧਰ ਨੌਜਵਾਨ ਨੇ ਚੱਕੇ ਜਾਮ ਕਰਨ ਵਾਲੀ ਗੱਲ ਕੀਤੀ ਤੇ ਪੁਆਇੰਟ ਅਜਮੇਰ ਆਲਮ ਵਾਲੇ ਦਾ ਫੈਸਲਾ ਕਰਦਾ ਕਿ ਰੌਲੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ, ਰੌਲੀ ਦੇ ਖਾਤੇ ਵਿੱਚ ਜੁੜਦਾ ਹੋਇਆ। ਸਾਹਮਣੇ ਨੌਜਵਾਨ ਲੱਭਾ ਚੜਿੱਕ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਬਾਰੇ ਵਾਲੇ ਪਿੰਡ ਦੇ ਕੌਣ ਨੌਜਵਾਨ ਲਾਊ ਤਗੜਾ ਜੱਪਾ ਲੱਭੇ ਨੂੰ ਡੱਕ ਪਾਊ ਜਾਂ ਰੱਖ ਪਾਊ, ਇਹ ਸਮੇਂ ਦੀ ਬਾਤ ਹੋਵੇਗੀ। ਚਾਰ ਜਾਫੀ ਬਾਰੇ ਵਾਲੇ ਪਿੰਡ ਦੇ ਇੱਕ ਕਣੀ ਤੇ ਰਣਜੀਤ, ਦੂਜੀ ਕਣੀ ਤੇ ਬਾਰੇ ਵਾਲੇ ਪਿੰਡ ਦਾ ਹਰਮੇਲ। ਉੱਧਰ ਰਜੀਤ ਦੇ ਨਾਲ ਹੋਇਆ ਮੁਕਾਬਲਾ ਤੇ ਹਲਕਾ ਜਿਹਾ ਟੱਚ ਕੀਤਾ ਨੌਜਵਾਨ ਨੇ। ਸਾਹਮਣੇ ਰਜੀਤ ਬਾਰੇ ਵਾਲੇ ਪਿੰਡ ਦਾ ਲਾਊ ਤਗੜਾ ਜੱਫਾ, ਪਰ ਪੁਆਇੰਟ ਲੱਭਾ ਚੜਿੱਕ ਪਿੰਡ ਦਾ ਰੌਲੀ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਸਾਹਮਣੇ ਨੌਜਵਾਨ ਫੀਕਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਰੌਲੀ ਪਿੰਡ ਦੇ ਕੌਣ ਲਾਊ ਤਗੜਾ ਜੱਫਾ, ਇਹ ਸਮੇਂ ਦੀ ਬਾਤ ਹੋਵੇਗੀ।
के लड़ लग के गुरु के दा पे सीखने पेंदे ने रहना पैंदा उन्हां असूलां दे कोच जो कहिंदे ने सहणी पैंदी जेठहार दी मार मित्रो बनना सौखा नहीं कबड्डी का स्टार मित्रो बनना सौखा नहीं कबड्डी का स्टार मित्रो अपने नौजवान रौली पिंड का रेड पौली वाधा होया चार जापी बारे वाले पिंड दे इस नौजवान नूं डक पाउणगे रख पाउणगे समय की बात होवेगी कि कोई कालमां दे गुरविंदर नूं पहल बाणे आखदा कोई सिद्धमां दे जस्से नूं तफाणे आखदा सोनू ब्रह्म बाली इहदे फैन बड़े ने पाले अते एकम नूं जो चाहुंदे ऐसे मैन बड़े ने हुण किंडे बिहारी पुरीए दी तोर दीआं गल्लां अज हुण मित्रो जवानी वाले जोर दीआं गल्लां अज हुण मित्रो जवानी वाले जोर दीआं गल्लां पीका बारे वाले पिंड दा रेड पाउण लई वाधा होया चार जाफी रौली पिंड दे कौन फीके नूं डक पावेगा रख पावेगा इस समय की बात होगी उधर नौजवान अजमेर आलम वाले पिंड दा फैसला करदा कि डबल टच दा इशारा पॉइंट फीका अपनी टीम दे हिस्से जोड़दा होया धन्नवाद करदे आ पूरी प्रबंधक कमेटी प्रधान साहब ते निर्मल सिंह जी लंगेआणिया बूटा आलम खान उधर धन्नवाद करदे आ दरबार सिंह जी गज्जन वाला जो कि अंतरराष्ट्रीय कमेंटेटर ने सानू इस मैक तो कबड्डी दीआं विचारां दस के गए ने उधर नौजवान ने किया हल्का जिहा टच हरमेर बाले वाले पिंड दा लाऊ तगड़ा जप्पा पॉइंट लब्भा अपनी टीम दे हिस्से जोड़दा होया सामने नौजवान पीका बारे वाले पिंड दा रेड पाउण लई वाधा होया कि दसवें गुरु ने बार के पिता अपना ते लाज रख ली हिंदुस्तानियां दी पहले नंबर ते सदा पंजाब आउंदा ते गल चलदी जदों कुरबानियां दी हरी सिंह नड़ूए ऐसी धाक पाई कि राणी अज भी डरे अफगानियां दी मक्खण बराड़ा ऊधम सिंह दा नाम सुन के राणी कंबदी फिरे बरतानियां दी राणी कंबदी फिरे बरतानियां दी सामने नौजवान पीका पारे वाले पिंड दा डक्या गया पॉइंट नौजवान रौली पिंड दा अपनी टीम दे हिस्से जोड़दा होया सामने नौजवान रौली पिंड दा रेड पाउण लई वाधा होया चार जाफी बारे वाले पिंड दे कौर करू कमाल डक पाउ रौली पिंड दे धावी नूं इह समें दी बात होवेगी कि लुट्टिया जाऊगा अज जां कल लोको तक्के चढ़ गया जिहड़ा वपारियां दे तेरा बणूगा कि भोलिया पंसिया वे हो गया रब भी बल शिकारियां दे उन्हां फुल्लां दी राखी कौन करदा उग पैंदे जो बाग क्यारियां दे मक्खण बराड दी बेनती रब अगे कदे सट ना बजे खिडारियां दे कदे सट ना बजे खिडारियां दे सामने नौजवान बारे वाले पिंड दा फीका रेड पाउण लई वाधा होया चार जाफी रौली पिंड दे के डौरे उत्ते शेर ने सद्दो वाले कीपे दे बखण वेखण वाले जप्पे ने बलजीत जीते दे ਵਿੱਚ ਕਬੱਡੀ ਨਾ ਬੋਲੇ ਚੰਗੇ ਪਲੇਅਰਾਂ ਦਾ ਖੇਡ ਕਬੱਡੀ ਖੇਡਣਾ ਕੰਮ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਕੰਮ ਪੰਜਾਬੀ ਸ਼ੇਰਾਂ ਦਾ ਸਾਹਮਣੇ ਚੜਿੱਕ ਪਿੰਡ ਦਾ ਲੱਭਾ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਬਾਰੇ ਵਾਲੇ ਪਿੰਡ ਦੇ ਕਹਿੰਦੇ ਇਸ ਨੌਜਵਾਨ ਨੂੰ ਵੀ ਵਿਸ਼ੇਸ਼ ਸਨਮਾਨ ਮਿਲਿਆ ਚੜਿੱਕ ਪਿੰਡ ਦੇ ਟੂਰਨਾਮੈਂਟ ਤੇ ਅਪਾਚੀ ਮੋਟਰਸਾਈਕਲ ਦੇ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਧਰ ਮੋਣੋ ਬਾਰੇ ਵਾਲੇ ਪਿੰਡ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਜਾਣਾ ਗੁਰਨੇਮ ਸਿੰਘ ਜੀ ਸੰਧੂ ਵੱਲੋਂ ਰਣਜੀਤ ਨਾ ਕਰ ਹਲਕਾ ਜਿਹਾ ਟੱਚ ਨੌਜਵਾਨ ਪੁਆਇੰਟ ਰੌਲੀ ਪਿੰਡ ਦੇ ਖਾਤੇ ਵਿੱਚ ਜੋੜਦਾ ਹੋਇਆ ਕਿ ਖੇਡ ਖੇਡਣੀ ਕੰਮ ਖਿਡਾਰੀਆਂ ਦਾ ਕੋਈ ਜਿੱਤ ਜਾਂਦਾ ਤੇ ਕੋਈ ਹਾਰ ਜਾਂਦਾ ਹਰਜੀਤ ਬਾਂਗਰਾ ਸਦਾ ਜੋ ਰਹੇ ਹੱਸਦਾ ਛੇਤੀ ਲੋਕਾਂ ਦੇ ਦਿਲ ਚੋਂ ਵੜ ਜਾਂਦਾ ਉਹਦੀ ਆਤਮਾ ਲਾਣਤਾ ਰਹੇ ਪਾਉਂਦੀ ਪੈਸੇ ਲੈ ਕੇ ਖਿਡਾਰੀ ਜੋ ਹਾਰ ਜਾਂਦਾ ਮੱਖਣ ਬਰਾੜਾ ਜੋ ਧਾਰ ਨਾ ਕਰੇ ਧੋਖਾ ਮਾਂ ਬਾਪ ਨੂੰ ਵੀ ਮਾਂਜ ਕੇ ਧਰ ਜਾਂਦਾ ਮਾਂ ਬਾਪ ਨੂੰ ਵੀ ਮਾਂਜ ਕੇ ਧਰ ਜਾਂਦਾ ਸਾਹਮਣੇ ਨੌਜਵਾਨ ਫੀਕਾ ਬਾਰੇ ਵਾਲੇ ਪਿੰਡ ਦਾ ਕਰ ਹਲਕਾ ਜਿਹਾ ਟੱਚ ਪੁਆਇੰਟ ਬਾਰੇ ਵਾਲੇ ਦੇ ਖਾਤੇ ਵਿੱਚ ਜੋੜਦਾ ਹੋਇਆ ਉੱਧਰ ਅੰਤਰਰਾਸ਼ਟਰੀ ਪੈਰ ਸਾਹਿਬ ਗੁਰਜੀਤ ਸਿੰਘ ਜੀ ਲੰਗੇਆਣੀਆਂ ਉੱਧਰ ਜਸਵੀਰ ਸਿੰਘ ਜੀ ਮਹਿਣਾ ਜੀ ਪੁੱਜੇ ਨੇ ਧੰਨਵਾਦ ਕਰਦੇ ਇੱਥੇ ਪੁੱਜਣ ਤੇ ਸਾਹਮਣੇ ਚੜਿੱਕ ਪਿੰਡ ਦਾ ਲੱਭਾ ਰੇਡ ਪਾਉਣ ਲਈ ਵਾਧਾ ਹੋਇਆ ਤਿੰਨ ਜਾਫੀ ਬਾਰੇ ਵਾਲੇ ਪਿੰਡ ਦੇ ਕਿ ਜੰਗ ਲੜੀ ਜਾਂ ਮੋਰਚਾ ਪਿਆ ਲਾਉਣਾ ਸਦਾ ਸਿੰਘਾਂ ਨੇ ਖੂਨ ਨਾਲ ਚੱਟ ਕੀਤੀ ਢਾਏ ਕੁੱਲ ਸਰਕਾਰਾਂ ਨੇ ਜ਼ੁਲਮ ਢਾਏ ਸਾਡੇ ਨਾਲ ਦੱਸੋ ਕਿਹਨੇ ਘੱਟ ਕੀਤੀ ਮਾਂ ਸਾਡਾ ਜਮੂਰਾਂ ਨਾਲ ਨੋਰ ਖਾਧਾ ਜਿਹਨੇ ਪੀਤੀ ਬਸ ਸਿੰਘਾਂ ਦੀ ਰੱਤ ਪੀਤੀ ਪਰ ਮੱਖਣ ਬਰਾੜਾ ਉਹ ਸਿੰਘਾਂ ਨੇ ਬਖਸ਼ਿਆ ਨਹੀਂ ਹਰਿਮੰਦਰ ਸਾਹਿਬ ਵੱਲ ਜਿਨ੍ਹਾਂ ਨੇ ਹੱਕ ਕੀਤੀ ਹਰਿਮੰਦਰ ਸਾਹਿਬ ਵੱਲ ਜਿਨ੍ਹਾਂ ਨੇ ਅੱਖ ਕੀਤੀ
ਕਿਹੜੀ ਟੀਮ ਜਿੱਤ ਗਈ ਵੀਰੇ? ਸਕੋਰ ਵੀ ਦੱਸੋ, ਕਿਹੜੀ ਟੀਮ ਜਿੱਤੀ? ਰੌਲੀ ਦੀ ਟੀਮ ਇਸ ਮੈਚ ਦੇ ਵਿੱਚ ਜੇਤੂ ਆ। ਰੌਲੀ ਦੀ ਟੀਮ ਪ੍ਰਬੰਧਕ ਵੀਰ ਨੋਟ ਕਰਨ, ਧੰਨਵਾਦ ਕਰਦੇ ਆ ਪੂਰੀ ਪ੍ਰਬੰਧਕ ਕਮੇਟੀ ਦਾ ਜੋ ਇਸ ਮੈਚਾਂ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਨੇ। ਕਿਸੇ ਵੀ ਸਾਂਡ ਦੇ ਖਿਲਾਫ਼ ਬੋਲਿਆ ਗਿਆ ਹੋਵੇ ਤਾਂ ਮੈਨੂੰ ਕੀਤਾ ਬਾਰੇ ਵਾਲਾ ਨੂੰ ਆਪ ਦਰਸ਼ਕ ਵੀਰ ਬਖਸ਼ਣ ਦੇਵੋ। ਹਾਂਜੀ ਨਿਰਮਲ ਜੀ, ਅੱਜ ਦਾ ਇਹ ਲਾਸਟ ਮੈਚ ਸੀ ਦਰਸ਼ਕ ਵੀਰ, ਹੋ ਚੁੱਕੇ ਆ ਤੇ ਕੱਲ੍ਹ ਨੂੰ ਠੀਕ 9 ਵਜੇ ਆਪਾਂ ਮੈਚ ਸਟਾਰਟ ਕਰ ਦੇਣੇ ਆ। ਪਹਿਲਾਂ ਮੇਰੀ